Thank you so much. Thank you so much. ਸਰ ਪੰਜਾਬੀ ਮੇਰੀ ਮਾਂ ਬੋਲੀ ਹੈ ਔਰ ਇਹ ਤਾਂ ਇੱਦਾਂ ਹੀ ਲੱਗਦੀ ਅਫਕੋਰਸ ਮੈਂ ਮੇਰੀ ਨੀਰਾ ਆਪ ਵੀ ਬਹੁਤ ਡਾਂਟਦਾ ਹੈ ਮੈਨੂੰ ਮੇਰੀ ਪਲੇਟ ਖੋਲ ਨਹੀਂ ਹੁੰਦਾ ਕਈ ਵਾਰੀ ਕਿ ਆਇਆ ਇਹ ਨਹੀਂ ਖਾਣਾ ਪਰ ਮੈਂ ਅਕਸਰ ਕਹਿੰਦਾ ਹੁੰਦਾ ਕਿ ਕੁਸ਼ਤੀ ਸਾਡੀ ਆਪਣੀ ਖੇਡ ਹੈ ਔਰ ਇਹਦੇ ਵਿੱਚ ਅਸੀਂ ਦੇਸੀ ਜੋ ਪੰਜਾਬੀਆਂ ਦਾ ਐਕਸ਼ਨ ਹੈ ਉਹ ਤੁਹਾਨੂੰ ਦੇਖਣ ਨੂੰ ਮਿਲਦਾ। ਲੇਕਿਨ ਜਿਸ ਤਰ੍ਹਾਂ ਨਾਲ ਰਵੀਸ਼ ਔਰ ਸਾਡਾ ਛੋਟਾ ਭਰਾ ਪ੍ਰੋਡਿਊਸਰ ਜਿਹੜੇ ਉਹ ਲਗਾਤਾਰ ਮੇਰੇ ਨਾਲ ਰਾਬਤੇ 'ਚ ਰਹੇ ਆ ਉਸ ਹਿਸਾਬ ਨਾਲ ਮੈਨੂੰ ਲੱਗਦਾ ਕਿ ਫਿਲਮ ਨਿਰਸੰਦੇਹ ਪੰਜਾਬ ਦੀ ਜਵਾਨੀ ਨੂੰ ਨਵੀਂ ਪ੍ਰੇਰਣਾ ਦੇਵੇਗੀ ਔਰ ਪੰਜਾਬ ਦੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰੇਗੀ ਔਰ ਸਮਾਜ ਦੀਆਂ ਐਕਚੁਲੀ ਸਿਨੇਮਾ ਦਾ ਇਹੀ ਪਰਪਸ ਹੀ ਇਹ ਹੈ ਕਿ ਜੋ ਕੁਛ ਸਮਾਜ 'ਚ ਵਾਪਰ ਰਿਹਾ ਉਹਨੂੰ ਵੱਡੇ ਆਕਾਰ 'ਚ ਪੇਸ਼ ਕਰਨਾ ਔਰ ਲੋਕ ਐਂਟਰਟੇਨਮੈਂਟ ਦੇ ਨਾਲ ਨਾਲ ਕੁਝ ਨਾ ਕੁਝ ਲੈਸਨ ਕੁਝ ਨਾ ਕੁਝ ਪ੍ਰੇਰਣਾ ਜ਼ਰੂਰ ਲੈਣ। ਬਾਕੀ ਇਸ ਫਿਲਮ 'ਚ ਮੇਰੇ ਭਰਾ ਇਹਦੇ ਟ੍ਰੇਲਰ ਲਾਂਚ ਦੇ ਮੌਕੇ 'ਤੇ ਮੀਡੀਆ ਸਾਹਿਬ ਜਿਹੜੇ ਸਪੋਰਟਸ ਮਿਨਿਸਟਰ ਨੇ ਕੈਬਨਿਟ ਪੰਜਾਬ ਸਰਕਾਰ ਦੇ ਹਿਮਸੈਲਫ ਇਜ਼ ਅ ਵੈਰੀ ਗੁੱਡ ਹੰਬਲ ਪਰਸਨੈਲਿਟੀ ਐਂਡ ਅ ਸਪੋਰਟਸਮੈਨ ਆਲਸੋ ਐਂਡ ਅ ਵੈਰੀ ਮੈਚਿਓਰਡ ਐਂਡ ਫਾਈਨ ਪੋਲੀਟੀਸ਼ੀਅਨ ਅਮੰਗ ਵੀ ਹੈਵ ਇਨ So I have a great regard and respect and love for him. So, all in number one, we will not answer. And the other thing, I know Gurnaam in this film, I know him very long time, he was a student. When he was in college, Jalandhar was a Gurnaam vidyarthi. So, that was the first time I had a number, Gurnaam APJ took a feed. And consistently, if someone ਬੱਚੇ ਨੂੰ ਕਿਸੇ ਨੌਜਵਾਨ ਨੂੰ ਗਰੋਥ ਜਾਂਦਿਆਂ ਦੇਖਿਆ ਚਾਹੇ ਉਹ ਸਿੰਗਿੰਗ ਆ ਚਾਹੇ ਐਕਟਿੰਗ ਆ ਚਾਹੇ ਉਹ ਪਰਫੋਰਮੈਂਸ ਆ ਚਾਹੇ ਉਹਦਾ ਸੁਭਾਅ ਆ ਉਹਦੀ ਹੰਬਲਨੈਸ ਆ ਲਗਾਤਾਰ ਹਰ ਚੀਜ਼ ਵਿੱਚ ਉਹਨੇ ਗਰੋਥ ਦੇਖੀ ਸੋ ਮੈਨੂੰ ਮੇਰੀਆਂ ਬਹੁਤ ਅਸੀਸਾਂ ਬਾਕੀ ਕਰਤਾਰ ਚੀਮਾ ਸਾਹਿਬ ਔਰ ਸਾਡੀ ਛੋਟੀ ਭੈਣ ਧੀ ਬੇਟੀ ਸੁਰਭੀ ਬਹੁਤ ਸ਼ੁਭਕਾਮਨਾਵਾਂ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਅਸੀਸਾਂ ਦੁਆਵਾਂ ਪਰਮਾਤਮਾ ਕਰੇਗਾ ਕਿ ਦੇਖੋ ਆਰਟ ਜਿਹੜਾ ਹੈ ਨਾ ਉਹ ਜ਼ਰੂਰ ਫਿਲਮਾਂ ਕਾਮਯਾਬ ਹੋਣੀ ਚਾਹੀਦੀ ਇੱਕ ਕਾਮਯਾਬ ਫਿਲਮ ਚਾਰ ਹੋਰ ਫਿਲਮਾਂ ਨੂੰ ਪੈਦਾ ਕਰਦੀ ਹੈ ਅਗਰ ਫਿਲਮ ਕਾਮਯਾਬ ਨਹੀਂ ਹੁੰਦੀ ਸਮੁੱਚੀ ਟੀਮ ਡਿਸਅਪੁਆਇੰਟ ਹੁੰਦੀ ਆ ਸੋ ਇਹ ਸਾਡੀ ਵਿਰਾਸਤ ਦਾ ਸਾਡੇ ਸੱਭਿਆਚਾਰ ਦਾ ਹਿੱਸਾ ਨੇ ਸਿਰਫ ਪੀੜ੍ਹੀ ਘੋੜਾ ਪੱਖੀ ਸੱਭਿਆਚਾਰ ਨਹੀਂ ਹੈ ਫਿਲਮਾਂ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਹੈ ਸੋ ਆਈ ਵਿਸ਼ ਆਲ ਮਾਈ ਬੈਸਟ to the entire team. Wish you all the best. Thank you. So, Zordar Tari was in Sri Jai Film and Ravishree Entertainment's the movie. So, meet her. Thank you.
ਡਿਪਾਰਟਮੈਂਟ ਦੀ ਇਹ ਮੂਵੀ ਹੈ ਸੋ ਸਪੋਰਟਸ ਨੂੰ ਲੈ ਕੇ ਕੀ ਕਹਿਣਾ ਚਾਹੀਦਾ ਥੈਂਕ ਯੂ ਜੀ ਮੈਂ ਪਹਿਲਾਂ ਤਾਂ ਦੀਪਕ ਭਾਅ ਜੀ ਵੱਡੇ ਭਰਾ ਨੂੰ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੁਲਾਇਆ ਅਤੇ ਸਾਰੀ ਟੀਮ ਦੇ ਨਾਲ ਮੈਨੂੰ ਉਹਨਾਂ ਮੌਕਾ ਦਿੱਤਾ ਅਤੇ ਬਾਕੀ ਜਿਵੇਂ ਭਾਅ ਜੀ ਨੇ ਦੱਸਿਆ ਕਿ ਜਿਹੜੀ ਸਾਰੀ ਟੀਮ ਹੈ ਗੁਰਨਾਮ ਕੁਲਰ ਅਸੀਂ ਬਾਅਦ ਨੂੰ ਬੈਠੇ ਗੱਲਾਂ ਕਰ ਰਹੇ ਸੀ ਕਿ ਬੜਾ ਗਰਾਊਂਡ ਤੋਂ ਉੱਠ ਕੇ ਉਸ ਨੌਜਵਾਨ ਨੇ ਮਿਹਨਤ ਕੀਤੀ ਹੈ ਅਤੇ ਪੂਰੇ ਦੁਨੀਆ ਦੇ ਵਿੱਚ ਜਿੰਨੇ ਵੀ ਪੰਜਾਬੀ ਗਾਇਕੀ ਨੂੰ ਪਿਆਰ ਕਰਦੇ ਆ ਉਹਨਾਂ ਦੇ ਵਿੱਚ ਆਪਣਾ ਨਾਮ ਬਣਾਇਆ ਮੈਨੂੰ ਲੱਗਦਾ ਕੋਈ ਪੰਜਾਬੀ ਹੀ ਜਿਹੜੇ ਗੈਰ ਪੰਜਾਬੀ ਜਿਨ੍ਹਾਂ ਨੂੰ ਪੰਜਾਬੀ ਸਮਝ ਵੀ ਨਹੀਂ ਆਉਂਦੀ ਉਹਨਾਂ ਨੇ ਵੀ ਡਾਇਮੰਡ ਸੌਂਗ ਹੈ ਇੱਦਾਂ ਦਾ ਸੌਂਗ ਹੈ ਵੀ ਜਿਹੜਾ ਹਰ ਇੱਕ ਨੇ ਜਿਹੜਾ ਸੁਣਿਆ ਅਤੇ ਕਰਤਾਰ ਚੀਮਾ ਜੀ ਜਿਹੜੇ ਸਾਡੇ ਮਾਲਵੇ ਦੇ ਪਿੰਡਾਂ 'ਚ ਉੱਠ ਕੇ ਮਿਹਨਤ ਕੀਤੀ ਅਤੇ ਕਈ ਇੱਦਾਂ ਦੇ ਐਕਟਰ ਹੁੰਦੇ ਆਉਂਦੇ ਆ ਚਲੇ ਜਾਂਦੇ ਆ ਪਤਾ ਲੱਗਦਾ ਪਰ ਲਗਾਤਾਰ ਇੱਕ ਪੰਜਾਬੀ ਇੰਡਸਟਰੀ ਦੇ ਵਿੱਚ ਆਪਣੀ ਜਗ੍ਹਾ ਜਿਹੜੀ ਬਣਾਈ ਹੈਗੀ ਸੁਰਬੀ ਜੀ ਅਤੇ ਪੂਰੀ ਸਾਰੀ ਟੀਮ ਬੜੀ ਅੱਛੀ ਟੀਮ ਹੈ ਇਸ ਮੂਵੀ ਦੀ ਅਤੇ ਬਾਕੀ ਜਿਵੇਂ ਦੀਪਕ ਜੀ ਨੇ ਕਿਹਾ ਕਿ ਮੇਰੇ ਡਿਪਾਰਟਮੈਂਟ ਦੇ ਨਾਮ ਜਿਹੜਾ ਨਾਲ ਜੁੜਿਆ ਹੋਇਆ ਖਿਡਾਰੀ ਨਾਮ ਹੈ ਬਾਕੀ ਤਾਂ ਮੈਂ ਮੂਵੀ ਦੇਖ ਕੇ ਹੀ ਕਮੈਂਟ ਕਰ ਸਕਦਾ ਕਿ ਇੱਕ ਖਿਡਾਰੀ ਦਾ ਕਿਸ ਤਰ੍ਹਾਂ ਦਾ ਕਰੈਕਟਰ ਦਿਖਾਇਆ ਪਰ ਮੈਂ ਉਮੀਦ ਕਰਦਾ ਕਿ ਜੋ ਇੱਕ ਖਿਡਾਰੀ ਦਾ ਜਿਹੜਾ ਰੋਲ ਹੈ ਜਿਹੜਾ ਉਹਦੀ ਜ਼ਿੰਦਗੀ ਦੇ ਵਿੱਚ ਹੁੰਦਾ ਇਹਨੂੰ ਉਸ ਤਰ੍ਹਾਂ ਰੋਲ ਜਿਹੜਾ ਮੈਨੂੰ ਲੱਗਦਾ ਵੀ ਗੁਰਨਾਮ ਜੀ ਨੇ ਅਦਾ ਕੀਤਾ ਹੋਊਗਾ ਅਤੇ ਇਹਨੂੰ ਦੇਖ ਕੇ ਜਿਹੜੇ ਖਿਡਾਰੀ ਨੇ ਇੰਸਪੀਰੇਸ਼ਨ ਵੀ ਜਿਹੜੀ ਹੈ ਉਹ ਲੈਣਗੇ ਅਤੇ ਬਾਕੀ ਕਿਉਂਕਿ ਮੈਂ ਆਪ ਫਿਲਮਾਂ ਦਾ ਬੜਾ ਸ਼ੌਕੀਨ ਹਾਂ ਮੈਂ ਭਾਵੇਂ ਬਿਜ਼ੀ ਬੜਾ ਹੁੰਦਾ ਪਰ ਮੈਂ ਫਿਰ ਵੀ ਸਮਾਂ ਕੱਢ ਕੇ ਮੂਵੀਜ਼ ਜਿਹੜੀਆਂ ਮੈਂ ਦੇਖਦਾ ਜਿਹੜਾ ਉਹ ਰਹਿੰਦਾ ਖਾਸ ਤੌਰ 'ਤੇ ਪੰਜਾਬੀ ਮੂਵੀ ਅਤੇ ਪੰਜਾਬੀ ਮੂਵੀ 'ਤੇ ਮੈਨੂੰ ਲੱਗਦਾ ਕਿ ਪਿਛਲੇ ਕਹਿ ਲਓ ਵੀ ਡੇਢ ਕੁ ਦਹਾਕੇ ਦੀ ਬੜੀ ਤਰੱਕੀ ਜਿਹੜੀ ਹੈ ਕੀਤੀ ਹੈ ਪੰਜਾਬੀ ਗਾਣਿਆਂ ਨੇ ਵੀ ਕਿਉਂਕਿ ਅੱਜ ਕੋਈ ਵੀ ਬਾਲੀਵੁੱਡ ਦੀ ਮੈਨੂੰ ਲੱਗਦਾ ਕੋਈ ਇੱਦਾਂ ਦੀ ਮੂਵੀ ਨਹੀਂ ਕਿ ਜਿਹੜੀ ਕੋਈ ਪੰਜਾਬੀ ਗਾਣੇ ਤੋਂ ਬਿਨਾਂ ਜਿਹੜੀ ਹੈ ਕੋਈ ਇੱਥੇ ਸਾਰੀ ਮੂਵੀ ਮੈਨੂੰ ਲੱਗਦਾ ਭੁੱਲੀਆਂ ਰਹਿੰਦੀਆਂ ਰਹਿੰਦਾ ਪੰਜਾਬੀ ਗਾਣਾਂ ਦੇ ਵਿੱਚ ਹੀ ਆਉਂਦਾ ਪਹਿਲਾਂ ਤਾਂ ਇਹ ਸੀ ਕਿ ਕਪੂਰ ਫੈਮਿਲੀ ਤੋਂ ਲੈ ਕੇ ਬਾਲੀਵੁੱਡ 'ਤੇ ਵੀ ਜਿਹੜਾ ਰਾਜ ਆ ਉਹ ਪੰਜਾਬੀ ਨੇ ਕੀਤਾ ਪਰ ਹੁਣ ਜਿਹੜੀਆਂ ਪੰਜਾਬੀ ਮੂਵੀਜ਼ ਹੈ ਉਹ ਸਾਰੀ ਦੁਨੀਆ 'ਚ ਜਿਹੜਾ ਰਾਜ ਆ ਉਹ ਕਰ ਰਹੀਆਂ ਅਤੇ ਮੈਂ ਉਮੀਦ ਕਰਦਾ ਕਿ ਅੱਛਾ ਮੈਸੇਜ ਜਿਹੜਾ ਸਾਡੇ ਸਮਾਜ ਨੂੰ ਜਿਹੜਾ ਮੂਵੀ ਦੇਵੇਗੀ ਅਤੇ ਐਂਟਰਟੇਨ ਵੀ ਜਿਹੜਾ ਨਾਲ ਜਿਹੜਾ ਹਰ ਮੂਵੀ ਦਾ ਮੇਨ ਫਾਇਦਾ ਹੀ ਹੁੰਦਾ ਕਿ ਲੋਕਾਂ ਨੂੰ ਐਂਟਰਟੇਨ ਕਰਨਾ ਅਤੇ ਆਪਣੀ ਜਿਹੜੀ ਭਰਿਆ ਜ਼ਿੰਦਗੀ ਉਹਦੇ ਵਿੱਚੋਂ ਜੇ ਕੋਈ ਦੋ ਢਾਈ ਘੰਟੇ ਸਿਨੇਮਾ ਵਿੱਚ ਜਾਂਦਾ ਦੇਖਣ ਲਈ ਤਾਂ ਉੱਥੋਂ ਇੰਜੋਏ ਕਰਕੇ ਜਿਹੜਾ ਉਹ ਆਵੇ ਅਤੇ ਉਮੀਦ ਕਰਦਾ ਅਤੇ ਮੇਰੇ ਵੱਲੋਂ ਸਾਰੀ ਟੀਮ ਨੂੰ ਬੈਸਟ ਵਿਸ਼ਸ ਹੈ ਕਿ ਇਸੇ ਤਰ੍ਹਾਂ ਇਹ ਮੂਵੀ ਅੱਛੀ ਜਾਵੇ ਅਤੇ ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜੀ ਸਾਡੀ ਪੰਜਾਬੀ ਇੰਡਸਟਰੀ ਹੈ ਉਹਨਾਂ ਜਿਹੜੀ ਸੇਵਾ ਹੈ ਕਰਦੇ ਹਾਂ ਥੈਂਕ ਯੂ ਜੀ ਮੈਨੂੰ ਬਹੁਤ ਜ਼ਿਆਦਾ ਮਜ਼ਾ ਆਇਆ ਇਸ ਫਿਲਮ ਸ਼ੂਟ ਕਰਨ ਲਈ ਔਰ ਮੇਰੇ ਕੋਲ ਬਹੁਤ ਸਾਰੇ ਰੀਜ਼ਨਸ ਹੈ ਵਾਈ ਆਈ ਫੈਲਟ ਦਿਸ ਵੇ ਫਸਟ ਆਫ ਆਲ ਮਾਨਵ ਇਜ਼ ਅ ਫਰੈਂਡ ਐਂਡ ਹੀ ਇਜ਼ ਐਨ ਅਮੇਜ਼ਿੰਗ ਡਾਇਰੈਕਟਰ ਅਤੇ ਜਦੋਂ ਉਹਨਾਂ ਨੇ ਦੱਸਿਆ ਕਿ ਪੰਜਾਬੀ ਫਿਲਮ ਕਰਨੀ ਹੈ ਮੈਂ ਕਿਹਾ ਯਾਰ ਮੈਂ ਮਤਲਬ ਬਹੁਤ ਟਾਈਮ ਹੋ ਗਿਆ ਆਈ ਵਾਜ਼ ਮੈਂ 12th 'ਚ ਪੜ੍ਹਦੀ ਸੀ ਵੈਨ ਆਈ ਡਿਡ ਸਮਥਿੰਗ ਇਨ ਪੰਜਾਬੀ ਹੀ ਸੈਡ ਬਹੁਤ ਡਿਫਰੈਂਟ ਰੋਲ ਹੈ ਪਲੇਅਰ ਦਾ ਰੋਲ ਹੈ ਔਰ ਮੈਂ ਕੁਛ ਅਲੱਗ ਕਰਨਾ ਚਾਹੁੰਦਾ ਕਿ ਤੂੰ ਕਰ ਆਈ ਰੈਡ ਦ ਸਕ੍ਰਿਪਟ ਮੈਂ ਆਪਣਾ ਰੋਲ ਪੜ੍ਹਿਆ ਬਹੁਤ ਵਧੀਆ ਸੀ ਆਈ ਥਿੰਕ ਵਧੀਆ ਨਾਲੋਂ ਜ਼ਿਆਦਾ ਡਿਫਰੈਂਟ ਸੀ ਜਿਸ ਤਰ੍ਹਾਂ ਕਿ ਦ ਜੈਂਟਲਮੈਨ ਓਵਰ ਹੀਅਰ ਉਹਨਾਂ ਨੇ ਵੀ ਦੱਸਿਆ ਕਿ ਸਪੋਰਟਸ ਇੰਨਾ ਇੰਪੋਰਟੈਂਟ ਹਿੱਸਾ ਹੈ ਯੂਆਰ ਪੀੜ੍ਹੀ ਦਾ ਔਰ ਕਿਸੇ ਵੀ ਸਮਾਜ ਦੇ ਕਲਚਰ ਦਾ ਆਈ ਥਿੰਕ ਇਮੀਜੀਏਟਲੀ ਮੇਰੇ ਰੋਲ ਨੇ ਮੈਨੂੰ ਕਨੈਕਟ ਕੀਤਾ ਐਂਡ ਮੈਂ ਸੈੱਟ 'ਤੇ ਗਈ ਐਂਡ
ਆਫਟਰ ਵਰਕਿੰਗ ਫੋਰ 10 ਇਅਰਸ ਇਨ ਬੰਬੇ, ਟਰਸਟ ਮੀ ਇੰਨਾ ਮਜ਼ਾ ਆਇਆ ਉਸ ਸੈਟ 'ਤੇ ਪਹੁੰਚ ਕੇ ਜਿੱਥੇ ਹਰ ਕੋਈ ਤੁਹਾਡੀ ਜ਼ਬਾਨ ਬੋਲ ਰਿਹਾ, ਹਰ ਕੋਈ ਪੰਜਾਬੀ 'ਚ ਗੱਲ ਕਰ ਰਿਹਾ. ਸੋ ਦ ਫਸਟ ਡੇ ਓਨਲੀ ਵੈਨ ਆਈ ਲੈਂਡਡ ਆਈ ਵਾਸ ਵੈਰੀ ਵੈਰੀ ਐਕਸਾਈਟਡ ਐਂਡ ਵੀ ਸ਼ੋਟ. ਅਸੀਂ ਬਹੁਤ ਮਿਹਨਤ ਦੇ ਨਾਲ ਇਹ ਫਿਲਮ ਇੱਕ ਇੱਕ ਚੀਜ਼ 'ਤੇ ਅਸੀਂ ਬਹੁਤ ਮਿਹਨਤ ਕੀਤੀ ਹੈ, ਚਾਹੇ ਉਹ ਗਾਣੇ ਹੈ, ਚਾਹੇ ਉਹ ਐਕਸ਼ਨ ਹੈ, ਇਮੋਸ਼ਨਸ ਹੈ. ਮਤਲਬ ਖਿਡਾਰੀ ਇਜ਼ ਜਸਟ ਨੋਟ ਅਬਾਊਟ ਗੇਮ. ਲਾਈਕ ਮੈਂ ਖੋ ਖੋ ਪਲੇਅਰ ਦਾ ਕੈਰੈਕਟਰ ਪਲੇ ਕਰ ਰਹੀ ਹਾਂ, ਗੁਰਨਾਮਿਨ ਕਰਤਾਰ ਦੇ ਆਰ ਪਲੇਇੰਗ ਰੈਸਲਰਸ. ਪ੍ਰੋਪਰ ਟ੍ਰੇਨਿੰਗਸ ਹੋਈਆਂ ਸਾਡੀਆਂ ਫੋਰ ਖੋ ਖੋ ਆਲਸੋ, ਫੋਰ ਰੈਸਲਿੰਗ ਆਲਸੋ. ਹਰ ਕਿਸੇ ਨੇ ਆਪਣੇ ਪਾਰਟ 'ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ. ਮਿਊਜ਼ਿਕ ਅਨਡਾਊਟਡਲੀ ਮੈਂ ਤੁਹਾਨੂੰ ਗਾਰੰਟੀ ਨਾਲ ਕਹਿ ਸਕਦੀ ਹਾਂ ਕਿ ਬਹੁਤ ਜ਼ਿਆਦਾ ਪਸੰਦ ਆਏਗਾ. All I want to say ki you are in for a treat. Please 9th February zarur jana apne dil le cinema karaj, and you will enjoy it for so many reasons, for music, for story. Aur tusi dekhoge ki ha ek bahut hi alag, jo sadi koshish thi ki audience nu ek alag movie chahiye, I think we are going to achieve that. So please sab jana apne apne nazdeeki cinema karan de vich to enjoy this. So that's why I think if film jo the message dena chahne hain ki kitna zaruri hai khel, kitne zaruri hai kyunki emotions bhi hai na, ek sportsman de vich aunde hai. Jadon koi sportsman haarda hai, jadon oh jeetda hai, us haar nu kivein lena hai, us jeet nu kivein lena hai, oh thonu evolve karda hai. To as a person thonu bahut zyada grow karaunda hai. So assi koshish kiti hai ki assi har us emotion nu is kahani de vich jod ke rakhiye. Thank you. Main dukh tuhadi lahor di lagdi hai ਅੱਜ ਕੀ ਮੂਵੀ ਚ ਅੱਜ ਦੀ ਲੁੱਕ ਹੀ ਹੋ ਤੁਹਾਡੀ ਲੱਗਦੀ ਹੋਰ ਪਰ ਕੁੜੀ ਪੰਜਾਬੀ ਹੈ ਸਰ, ਲੁੱਕ ਲਾਹੌਰ ਦੀ ਹੋਏਗੀ ਪਰ ਕੁੜੀ ਪੰਜਾਬੀ ਹੈ. All right, so ladies and gentlemen, Gurnaam Bhullar ji ithe pahunch chuke ne, so ek baar zordaar taali de naal unnu swagat karange. So sir ne chehra, so very warm welcome to you sir, and very very congratulations, because bahut hi jald 9 ਫਰਵਰੀ ਜਿਹੜੇ ਇਤਨੀ ਕਾਲੀ ਰਿਵਰਸ ਕੰਟਰੀ ਹੋ ਜਾਂਦੀ ਹੈ, ਔਰ ਦਿਨ ਕੱਟ ਰਹੀ ਹੈ 9 ਫਰਵਰੀ ਨੂੰ ਇੱਕ ਧਮਾਕਾ ਪੈਣਾ ਹੈ ਸਿਨੇਮਾ ਘਰਾਂ ਦੇ ਵਿੱਚ. ਮੂਵੀ ਆ ਰਹੀ ਹੈ ਖਿਡਾਰੀ, ਔਰ ਅੱਜ ਅਸੀਂ ਸਾਰੇ ਬੈਠੇ ਹੋਏ ਹਾਂ ਫੋਰ ਦ ਟ੍ਰੇਲਰ ਲਾਂਚ. ਸੋ ਮੈਨੀ ਕੰਗ੍ਰੈਚੁਲੇਸ਼ਨਸ ਟੂ ਦੀ ਇੰਟਾਇਰ ਟੀਮ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਡੇ ਐਂਡ ਨਾਈਟ ਟੂ ਪੁੱਟ ਦਿਸ ਫਿਲਮ ਟੁਗੇਦਰ. ਸੋ ਯੂ ਕੈਨ ਸੀ ਦੀ ਐਕਸਾਈਟਮੈਂਟ, ਸੋ ਐਕਸਾਈਟਮੈਂਟ ਸਾਰੇ ਦੇ ਚਿਹਰੇ ਤੇ ਦਿਖ ਰਹੀ ਹੈ. All right, so ਨਾਮ ਬਹੁਤ ਚੁੱਕੇ ਨੇ, ਅਸੀਂ ਬੜੀਆਂ ਗੱਲਾਂ ਕਰ ਲਈਆਂ, ਤੁਸੀਂ ਮਿਸ ਕਰ ਦਿੱਤੇ. ਤੜਕੇ ਵਾਲੀ ਫਿਲਮ ਕਰਨਾ ਚਾਹੁੰਦੇ ਸੀ ਤੁਸੀਂ, ਹੈ ਨਾ, ਥੋੜ੍ਹੀ ਐਗਰੈਸ਼ਨ ਵੀ ਹੋਏ, ਥੋੜ੍ਹੀ ਪਾਵਰ ਵੀ ਹੋਏ, ਸੋ ਕਿਹੋ ਜਿਹਾ ਐਕਸਪੀਰੀਅੰਸ ਰਿਹਾ? ਔਰ ਸੈਟਿਸਫਾਈਡ ਹੋ ਟ੍ਰੇਲਰ ਦੇਖ ਕੇ ਔਰ ਰਿਜ਼ਲਟ ਦੇਖ ਕੇ, ਮੂਵੀ ਤੁਸੀਂ ਦੇਖ ਲਈ ਹੋਣੀ? ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਜੀ ਸੌਰੀ, ਮੈਂ ਬੇਟਾ ਉਹਦਾ ਰੀਜ਼ਨ ਕੋਈ ਵੀ ਹੈ ਪਰ ਮੇਰੇ ਕੋਲ ਸੱਚੀ ਸੌਰੀ. ਅਤੇ ਦੀਪੂ ਭਾਜੀ, ਰਵੀਸ਼ ਭਾਜੀ, ਇਹ ਦੋ ਐਸੀਆਂ ਸ਼ਖਸੀਅਤਾਂ ਨੇ ਸਾਡੇ ਜਲੰਧਰ ਸ਼ਹਿਰ 'ਚ. ਮੈਂ ਵੱਡਾ ਮੇਰੀ ਮਾਂ ਦੀ ਗੋਦ 'ਚ ਹੋਇਆ, ਪਰ ਇੰਡਸਟਰੀ ਜਲੰਧਰ ਇਹਨਾਂ ਦੀਆਂ ਮੁਕਲਾਂ 'ਚ ਮੈਂ ਵੱਡਾ ਹੋਇਆ. ਇਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਹਮੇਸ਼ਾ, ਇਹਨਾਂ ਦੇ ਕੋਲ ਬਹਿ ਕੇ ਬਹੁਤ ਸਾਰੀਆਂ ਜ਼ਿੰਦਗੀ ਦੀਆਂ ਖੇਡਾਂ ਸਿੱਖੀਆਂ ਔਰ ਕਿਵੇਂ ਅੱਗੇ ਵਧਣਾ,
ਅੱਜ ਮੈਂ ਇਮੋਸ਼ਨਲ ਵੀ ਹਾਂ ਅਤੇ ਖੁਸ਼ ਵੀ ਹਾਂ ਕਿ ਫਾਈਨਲੀ ਜਿੱਥੇ ਮੈਨੂੰ ਯਾਦ ਹੈ ਕਿ ਦੀਪਕ ਭਾਜੀ ਦੇ ਆਫਿਸ 'ਚ ਬੈਠ ਕੇ ਪਹਿਲਾਂ ਇਹ ਪਲੈਨ ਕਰਦੇ ਸੀ ਕਿ ਪਹਿਲਾਂ ਗਾਣਾ ਕਿਵੇਂ ਆਊਗਾ, ਅੱਜ ਭਾਜੀ ਟ੍ਰੇਲਰ ਲਾਂਚ 'ਤੇ ਪਹੁੰਚਿਆ ਆ, ਰਮੀਸ਼ ਭਾਜੀ ਅਸੀਂ ਕੈਮਰੇ 'ਤੇ ਫੋਟੋਆਂ ਖਿੱਚਦੇ ਸੀ ਅਤੇ ਅਸੀਂ ਫਿਲਮ ਗਰਾਊਂਡ ਤੱਕ ਪਹੁੰਚਿਆ। ਇਹ ਸਫ਼ਰ ਸਾਡੇ ਵੀ ਆਪਣੇ ਆਪ 'ਚ ਹੀ ਮਤਲਬ ਸਾਨੂੰ ਇਹ ਲੱਗਦਾ ਅਸੀਂ ਸਭ ਕੁਛ ਕਰ ਰਹੇ ਹਾਂ ਅਤੇ ਖਿਡਾਰੀ ਫਿਲਮ ਦਾ ਹਿੱਸਾ ਬਣਨਾ ਮੇਰੇ ਲਈ ਬਹੁਤ ਬਹੁਤ ਮਾਣ ਵਾਲੀ ਗੱਲ ਹੈ। ਮਾਨਵ ਭਾਅ ਜੀ, ਧੀਰਜ ਭਾਅ ਜੀ, ਕਰਤਾਰ ਬਾਈ, ਸੁਰਭੀ ਜੀ, ਪ੍ਰਭ ਗਰੇਵਾਲ, ਆਕਾਸ਼ ਜੀ, ਰਾਜੀ ਐਫਐਮ, ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਅਫਕੋਰਸ ਥੋੜ੍ਹਾ ਜਿਹਾ ਡਿਫਰੈਂਟ ਆ, ਕੋਮੇਡੀ ਫਿਲਮ ਨਹੀਂ ਹੈ, ਇਹ ਐਕਸ਼ਨ ਹੈ ਔਰ ਡਰਾਮਾ ਹੈ, ਪਰ ਇੰਨਾ ਪ੍ਰੋਮਿਸ ਹੈ ਕਿ ਜੋ ਤੁਸੀਂ ਐਕਸਪੈਕਟ ਕਰਦੇ ਹੋ ਪੰਜਾਬੀ ਐਕਸ਼ਨ ਫਿਲਮ ਤੋਂ ਕਿ ਪੰਜਾਬੀ ਐਕਸ਼ਨ ਫਿਲਮ ਕਿੱਦਾਂ ਦੀ ਹੋਣੀ ਚਾਹੀਦੀ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੂਗੀ ਅਤੇ ਬਾਕੀ ਆਪਾਂ ਮਨ ਟੂ ਮਨ ਸਾਰੀਆਂ ਗੱਲਾਂ ਕਰਦੇ ਹਾਂ। ਥੈਂਕ ਯੂ ਸੋ ਮਚ। ਸਭ ਤੋਂ ਪਹਿਲਾਂ ਥੈਂਕ ਯੂ ਸਾਡੇ ਸਪੋਰਟਸ ਮਿਨਿਸਟਰ ਦੀ ਮੀਨ ਦੇਵ ਭਾਈ ਦੀਪਕ ਬਾਲੀ ਜੀ, ਸਾਡੇ ਪ੍ਰੋਡਿਊਸਰ ਸਰਾਂ, ਸਭ ਤੋਂ ਵੱਧ ਰਵੀਸ਼ ਬਜਾਜ ਜੀ, ਮੈਨੂੰ ਲੱਗਦਾ ਸਕੂਟਰ ਇਹਨਾਂ ਨੇ ਲਾਂਚ ਕੀਤਾ ਸੀ, ਬਾਅਦ ਦੱਸਿਆ ਨਹੀਂ ਜੀ ਇਹਨਾਂ ਨੇ ਲਾਂਚ ਸੀ। ਅਬੋ ਸਕੂਟਰ ਮੈਂ ਨਹੀਂ ਕੀਤਾ ਨਾ, ਇਸ ਲਈ ਮੈਂ ਬਰੋਲ ਹਾਂ। ਨਹੀਂ ਮੇਰਾ ਦਰਾਜ ਕਰਕੇ ਬਜਾਜ ਕਰਕੇ ਫੀਡ ਆ, ਤੁਹਾਡਾ ਨੰਬਰ ਸੁਣ ਕੇ ਤਾਂ ਕਰਕੇ। ਚਲੋ ਇਹ ਫਿਲਮ ਜਿਹੜੀ ਹੈਗੀ ਅਮੀਰ ਭਾਈ ਦੀ ਗੱਲ ਹੈ ਜਿਹੜੀ ਕਹਿੰਦੇ ਵੀ ਮੈਂ ਸਪੋਰਟਸ ਤੋਂ ਹੈਗਾ, ਸਪੋਰਟਸ ਮਿਨਿਸਟਰ ਵੀ ਡਿਪਾਰਟਮੈਂਟ ਤੋਂ ਹੈਗੀ ਕਿ ਨਹੀਂ ਹੈਗੀ ਮੈਂ ਟੇਲਰ ਵੇਖ ਕੇ ਦੱਸਾਂਗਾ, ਪਰ ਮੈਂ ਇਸ ਗੱਲ ਦੀ ਪ੍ਰੋੜਤਾ ਕਰਦਾ ਕਿ ਇਹ ਫਿਲਮ ਖਿਡਾਰੀ ਜਿਹੜੀ ਹੈਗੀ ਹੈ, ਗੇਮ ਹੈ, ਅਸੀਂ ਖੇਡਦੀ ਬਣਾਈ ਆ ਉਹਨੂੰ ਵਧੀਆ ਇੰਟਰਟੇਨਮੈਂਟ ਜਾਂ ਵਧੀਆ ਤਰੀਕੇ ਨਾਲ ਇੱਕ ਫਿਲਮੀ ਅੰਦਾਜ਼ ਦੇ ਕੇ ਬਣਾਈ ਆ। ਜ਼ਿੰਦਗੀ ਵੀ ਇੱਕ ਖੇਡ ਆ ਅਤੇ ਇੱਕ ਖੇਡ ਹੈ ਜੋ ਅਸੀਂ ਗਰਾਊਂਡ ਦੇ ਵਿੱਚ ਖੇਡਦੇ ਹਾਂ। ਇਹ ਦੋ ਭਰਾਵਾਂ ਦੀ ਇੱਕ ਸਟੋਰੀ ਆ ਜਿਹਦੇ ਵਿੱਚ ਗੁਰਨਾਮ ਅਸਲੀ ਖੇਡ ਦਾ ਖਿਡਾਰੀ ਆ, ਜੋ ਤੁਸੀਂ ਸਾਰੇ ਟ੍ਰੇਲਰ ਦੇ ਵਿੱਚ ਦੇਖਿਆ, ਅਤੇ ਜੋ ਵੱਡਾ ਭਰਾ ਹੈ ਕਰਤਾਰ ਜੀ, ਉਹ ਜ਼ਿੰਦਗੀ ਦੀ ਖੇਡ ਦਾ ਖਿਡਾਰੀ ਹੈ। ਜ਼ਿੰਦਗੀ ਦੇ ਵਿੱਚੋਂ ਚਾਹੇ ਉਹ ਗੈਂਗਸਟਰ ਬਣਦਾ, ਚਾਹੇ ਉਹ ਜ਼ਿੰਦਗੀ ਨੂੰ ਕਿਸੇ ਤਰੀਕੇ ਵੀ ਲੰਘਦਾ, ਉਹ ਉਸ ਖੇਡ ਨੂੰ ਖੇਡ ਰਿਹਾ ਹੈ। ਮਾਨਵ ਸ਼ਾਹ ਮੇਰੇ ਬਹੁਤ ਵਧੀਆ ਦੋਸਤ ਨੇ ਜਿਹੜੇ ਡਾਇਰੈਕਟਰ ਨੇ, ਅਤੇ ਉਸੇ ਤਰ੍ਹਾਂ ਹੀ ਸੁਰਭੀ, ਉਹ ਵੀ ਇੱਕ ਖੇਡ ਦੀ ਖਿਡਾਰਨ ਹੈ, ਜ਼ਿੰਦਗੀ ਦੀ ਵੀ ਅਤੇ ਖੇਡ ਦੀ ਵੀ, ਉਹਦੇ ਵਿੱਚ ਦੋਵਾਂ ਪਾਸੇ, ਇੱਕ ਪਾਸੇ ਗੁਰਨਾਮ ਹੈ, ਇੱਕ ਪਾਸੇ ਖੇਡ ਹੈ, ਉਹਦੇ ਵਿੱਚ ਉਹਦਾ ਵੀ ਇੱਕ ਕਿਰਦਾਰ ਹੈਗਾ। ਇਹ ਫਿਲਮ ਜਦੋਂ ਮੇਰੇ ਕੋਲ ਆਈ, ਮਾਨਵ ਸ਼ਾਹ ਮੇਰਾ ਦੋਸਤ ਲੈ ਕੇ ਆਇਆ, ਕਹਿੰਦਾ ਇਹ ਰੋਲ ਕੋਈ ਹੋਰ ਕਰ ਹੀ ਨਹੀਂ ਸਕਦਾ, ਤੂੰ ਕਰਨਾ। ਹਾਲਾਂਕਿ ਮੈਂ ਕਈ ਵਾਰ ਆਪਣੇ ਹੋਰ ਵੀ ਕੰਮ ਸੀ ਅਤੇ ਕਈ ਵਾਰ ਨਾ ਨੁਕਰ ਵੀ ਹੋਈ, ਕਹਿੰਦਾ ਨਹੀਂ ਇਹ ਰੋਲ ਤੈਨੂੰ ਕਰਨਾ ਹੀ ਪੈਣਾ, ਤੂੰ ਕਰਨਾ। ਅਤੇ ਜਦੋਂ ਮੈਂ ਕੀਤਾ ਅਤੇ ਅੱਜ ਮੈਂ ਇਸ ਗੱਲ ਦਾ ਮਤਲਬ ਮਾਣ ਵੀ ਮਹਿਸੂਸ ਕਰਦਾ ਕਿ ਮੈਂ ਇਸ ਫਿਲਮ ਦਾ ਪਾਰਟ ਹੈਗਾ। ਇਹ ਫਿਲਮ ਪੰਜਾਬੀ ਕੈਨਵਸ ਦੇ ਉੱਤੇ ਇਹ ਫਿਲਮ ਹੈ ਜਿਹਨੂੰ ਕਹਿ ਸਕਦੇ ਹਾਂ। ਗੁਰਨਾਮ ਦੀਆਂ ਫਿਲਮਾਂ ਤੁਸੀਂ ਪਹਿਲਾਂ ਵੇਖੀਆਂ ਹੋਣਗੀਆਂ, ਰੋਮਾਂਟਿਕ ਹੈ ਨਾ ਜ਼ਿਆਦਾ, ਜਾਂ ਲਵਰ ਬੋਏ, ਇਹ ਫਸਟ ਇਹਦੇ ਵਿੱਚ ਚੇਂਜ ਹੈ, ਕੋਈ ਐਕਸ਼ਨ ਦੇ ਵਿੱਚ ਹੈਗਾ। ਪੰਜਾਬੀ ਸਿਨੇਮੇ ਦੇ ਕੈਨਵਸ 'ਤੇ ਇਹਨੂੰ ਸਿਨੇਮਾ ਕਹਿ ਸਕਦੇ ਹਾਂ ਅਸੀਂ, ਕਿ ਅਸੀਂ ਸਿਨੇਮਾ ਲੈ ਕੇ ਆ ਰਹੇ ਹਾਂ। ਪਰਟੀਕੁਲਰੀ ਕੈਟਾਗਰੀ, ਇੱਕ ਜਾਤੀ ਜਾਂ ਕਿਸੇ 'ਤੇ ਆਧਾਰਿਤ ਫਿਲਮ ਨਹੀਂ ਹੈਗੀ, ਇਹ ਸਿਨੇਮਾ ਕਹਿ ਸਕਦੇ ਜਿਹਦੇ ਵਿੱਚ ਹਰ ਤਰ੍ਹਾਂ ਦੀ ਚੀਜ਼ ਆ, ਪਰਿਵਾਰ ਵੀ ਇਨਵੋਲਵ ਨੇ, ਯੂਥ ਵੀ ਇਨਵੋਲਵ ਆ, ਬੱਚੇ ਵੀ ਇਨਵੋਲਵ ਹੋਣਗੇ, ਬਜ਼ੁਰਗ ਵੀ ਇਨਵੋਲਵ ਹੋਣਗੇ। ਅਤੇ ਜਦੋਂ ਵੀ ਜਿਸ ਬੱਚੇ ਦੀ ਇਹ ਸਿਨੇਮਾ ਦੇਖਣ ਤੋਂ ਲੈ ਕੇ
ਬਜ਼ੁਰਗ ਤੱਕ ਇਹ ਫਿਲਮ ਦੇਖਣ ਜਾਣਗੇ। ਮੈਨੂੰ ਪਤਾ ਜਦੋਂ ਅਸੀਂ ਇਹਨੂੰ ਪ੍ਰਮੋਸ਼ਨ ਸ਼ੁਰੂ ਕੀਤੀ ਆ, ਹੁਣ ਲੋਕ ਟ੍ਰੇਲਰ ਪਹੁੰਚ ਚੁੱਕਾ ਜਾਂ ਛੋਟੇ ਛੋਟੇ ਅਸੀਂ ਸੀਨ ਛੱਡਾਂਗੇ ਉਹ। ਸਾਨੂੰ ਇਹ ਵੀ ਹੈ ਕਿ ਅਸੀਂ ਇੱਕ ਵਧੀਆ ਸਿਨੇਮੇ ਦੀ ਨੀਂਹ ਵੀ ਰੱਖੀ ਹੈ। ਸਿਕੰਦਰ ਤੋਂ ਅਸੀਂ ਐਕਸ਼ਨ ਸਿਨੇਮੇ ਦੀ ਨੀਂਹ ਰੱਖੀ ਸੀ ਜਦੋਂ ਕੋਈ ਕਾਮੇਡੀ ਦਾ ਦੌਰ ਸੀ ਨਾ। ਐਕਸ਼ਨ ਸਿਨੇਮਾ ਸਾਨੂੰ ਲੱਗਿਆ ਫਿਰ ਅਸੀਂ ਹੁਣ ਇਹ ਵੱਖਰੇ ਸਿਨੇਮੇ ਦੀ ਸਪੋਰਟਸ ਦੀ ਨੀਂਹ ਰੱਖੀ ਆ ਅਤੇ ਜਿਹਦਾ ਪਾਰਟ ਅਸੀਂ ਸਾਰੇ ਹੈਗੇ ਹਾਂ, ਜਿਹਨੂੰ ਮਾਨਵ ਸ਼ਾਹ ਨੇ ਧੀਰਜ ਦੱਤ ਨੇ ਰਲ ਕੇ ਲਿਖਿਆ ਵੀ ਆ ਅਤੇ ਵਧੀਆ ਤਰੀਕੇ ਨਾਲ ਫਿਲਮਾਇਆ ਵੀ ਆ। ਅਤੇ ਮੈਨੂੰ ਸੈਂਸਰ ਦੇ ਵਿੱਚੋਂ ਵੀ ਇਹ ਨਿਊਜ਼ ਆਈ ਕਿ ਇਹਨੂੰ ਹਿੰਦੀ ਦੇ ਵਿੱਚ ਡੱਬ ਕਰਨਾ ਚਾਹੀਦਾ ਕਿ ਇਹ ਸਪੈਸ਼ਲ ਸੈਂਸਰ ਦੇ ਵਿੱਚ ਹੋਣਾ ਕਿ ਫਿਰ ਤੁਸੀਂ ਹਿੰਦੀ ਵਿੱਚ ਡੱਬ ਕਰੋ ਕਿ ਇਹ ਐਡੇ ਵੱਡੇ ਕੈਨਵਸ ਦੀ ਕੋਈ ਖੇਡ ਦਾ ਕੋਈ ਦਾਇਰਾ ਹੀ ਨਹੀਂ ਹੈ। ਖੇਡਾਂ ਦੇ ਵਿੱਚ ਹੁੰਦੀ ਰਾਜਨੀਤੀ ਜਾਂ ਖੇਡਾਂ ਤੋਂ ਬਾਹਰ ਹੁੰਦੀ ਰਾਜਨੀਤੀ ਕੁਛ ਵੀ ਕਿਸੇ ਵੀ ਤਰੀਕੇ ਦੀ ਉਹ ਵਰਲਡ ਲੈਵਲ 'ਤੇ ਹੈ ਅਤੇ ਇਹਨੂੰ ਚੀਜ਼ ਨੂੰ ਸਿਰਫ ਪੰਜਾਬੀ 'ਚ ਨਾ ਰੱਖ ਕੇ ਹੋਰ ਭਾਸ਼ਾਵਾਂ ਵਿੱਚ ਵੀ ਡੱਬ ਕਰਨਾ ਚਾਹੀਦਾ। ਸੋ ਸਾਡੇ ਪ੍ਰੋਡਿਊਸਰਸ ਨੇ ਡਿਸਾਈਡ ਕੀਤਾ ਕਿ ਇਹਨੂੰ ਹਿੰਦੀ ਵਿੱਚ ਵੀ ਡੱਬ ਕਰਨਗੇ। ਜਿੱਥੇ ਵੀ ਇਹ ਲੱਗੂਗੀ ਉਹ ਭਾਸ਼ਾਵਾਂ ਦੇ ਵਿੱਚ ਭਾਸ਼ਾ ਦੇ ਵਿੱਚ ਡੱਬ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਸੋ ਇਹ ਸਾਡੇ ਪੰਜਾਬੀ ਸਿਨੇਮੇ ਲਈ ਮੈਨੂੰ ਲੱਗਦਾ ਮਾਣ ਦੀ ਗੱਲ ਆ ਕਿ ਅਸੀਂ ਪੰਜਾਬੀ ਸਿਨੇਮੇ ਨੂੰ ਐਡਾ ਕੈਨਵਸ 'ਤੇ ਲੈ ਕੇ ਚੱਲੇ ਹਾਂ ਅਤੇ ਅੱਜ ਸਾਡੇ ਜਦੋਂ ਅਸੀਂ ਪ੍ਰੀਮੀਅਰ ਹੁੰਦੇ ਨੇ ਜਾਂ ਸਾਡੀ ਪ੍ਰੈਸ ਕਾਨਫਰੰਸ ਹੁੰਦੀ ਹੈ ਅਤੇ ਸਾਡੇ ਮਿਨਿਸਟਰ ਸਾਡੇ ਜੋ ਪੰਜਾਬ ਨੂੰ ਚਲਾਉਂਦੇ ਨੇ ਸਾਡਾ ਸਾਥ ਦੇਣ ਵੀ ਪਹੁੰਚਦੇ ਨੇ ਅਤੇ ਮੈਨੂੰ ਲੱਗਦਾ ਕਿ ਹੁਣ ਅਸੀਂ ਇੱਥੇ ਨਹੀਂ ਰੁਕਦੇ, ਹੁਣ ਅਸੀਂ ਸਾਊਥ ਜਾਂ ਬਾਲੀਵੁੱਡ ਤੋਂ ਅੱਗੇ ਲੰਘ ਕੇ ਰਹਾਂਗੇ। ਮਿਹਨਤ ਕਰਦੇ ਰਹੀਏ, ਇਹਨਾਂ ਦਾ ਸਾਥ ਚਾਹੀਦਾ। ਥੈਂਕ ਯੂ ਸੋ ਮਚ। ਸੋ ਇਸੇ ਕਰਕੇ ਟੀਮ ਜਿਹੜੀ ਉਹ ਬਣਦੀ ਗਈ। ਜਦੋਂ ਆਪਾਂ ਸ਼ੂਟ ਦੇ ਉੱਤੇ ਸੀ, ਸ਼ੂਟ 'ਤੇ ਵੀ ਮੈਂ ਇਹ ਓਬਜ਼ਰਵ
ਲਾ ਕੇ ਭਾਜੀ ਦੇ ਸਾਹਮਣੇ ਤੁਸੀਂ ਹੁਣ ਵੀ ਦੇਖਿਆ ਹੋਵੇ ਐਕਸ਼ਨ ਸਾਰਾ ਓਰੀਜਨਲ ਕੀਤਾ ਹੋਇਆ। ਮੈਂ ਗੁਰਨਾਮ ਭਾਈ ਦੇ ਸਾਹਮਣੇ ਲਿਆ ਕੇ ਕੋਈ ਵੀ ਬੰਦਾ ਜਿਹੜਾ ਕਰਦਾ ਸੀ ਡਿਊਟ ਉਹਨਾਂ ਵਾਸਤੇ ਕਿ ਹਾਂ ਭਾਜੀ ਇਹ ਤੁਹਾਡਾ ਐਕਸ਼ਨ ਕਰੇਗਾ, ਅਤੇ ਭਾਜੀ ਨੇ ਮੈਨੂੰ ਕਹਿਣਾ ਨਹੀਂ ਭਾਜੀ ਮੈਂ ਆਪ ਕਰਨਾ, ਇਹ ਮੇਰੇ ਵਾਸਤੇ ਬਹੁਤ ਵੱਡੀ ਗੱਲ ਸੀ ਕਿਉਂਕਿ ਤੁਹਾਨੂੰ ਚੀਪ ਨਹੀਂ ਕਰਨਾ ਪੈਂਦਾ। ਸਿਨੇਮਾ ਵਾਸਤੇ ਵੱਡੀ ਗੱਲ ਹੋ ਜਾਂਦੀ ਸੀ ਜਦੋਂ ਇੱਕ ਬੰਦਾ ਆਪ ਆ ਕੇ ਕੋਈ ਕਹਿੰਦਾ ਨਹੀਂ 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 ਮੈਂ ਆਪ ਕਰਾਂ। ਸੋ ਮੈਨੂੰ ਤਾਂ ਬਹੁਤ ਸਪੋਰਟ ਮਿਲੀ, ਬਾਕੀ ਨੌਕਰ ਵੀ ਨੂੰ ਤੁਸੀਂ ਉਹਨੂੰ ਦੇਖਣਾ ਜੀ। ਨਮਸਤੇ ਜੀ, ਸਤਿ ਸ਼੍ਰੀ ਅਕਾਲ ਸਭ ਨੂੰ, ਜੈ ਸ਼੍ਰੀ ਰਾਮ। ਐਕਚੁਲੀ ਮੈਂ ਇੰਨੀ ਦੇਰ ਤੱਕ ਕਿਉਂ ਵੇਟ ਕਰ ਰਿਹਾ ਸੀ, ਸਭ ਨੇ ਕਿਹਾ ਰਵੀਸ਼ ਭਾਜੀ, ਮਾਨਵ ਭਾਜੀ, ਬਾਲੀ ਭਾਜੀ, ਕਰਤਾਰ ਭਾਜੀ, ਪਹਿਲੇ ਤਾਂ ਮੈਂ ਸਾਰੇ ਇੱਥੇ ਜਿਹੜੇ ਆਡੀਅੰਸ ਬੈਠੀ ਹੈ ਸਾਰੇ ਮੀਡੀਆ ਦਾ ਬਹੁਤ ਸ਼ੁਕਰਗੁਜ਼ਾਰ ਵੀ, ਉਹਨਾਂ ਦਾ ਵੈਲਕਮ ਵੀ ਕਰਦਾ। ਐਕਚੁਲੀ ਮਿਨਿਸਟਰ ਸਾਹਿਬ ਨੇ ਇੰਨਾ ਸਾਡੇ ਟਾਈਮ ਕੱਢਿਆ, ਇੰਨਾ ਬਹੁਤ ਹੌਸਲਾ ਵਧਿਆ ਸਾਡਾ। ਦੀਪਕ ਬਾਲੀ ਭਾਜੀ, ਐਕਚੁਲੀ ਜਦੋਂ ਅਸੀਂ ਕੋਈ ਪਲੋਟ ਕੰਸਟਰਕਟ ਕਰਦੇ ਹਾਂ ਨਾ, ਤਾਂ ਉਹਦੇ ਵਿੱਚ ਆਰਕੀਟੈਕਟ, ਇੰਜੀਨੀਅਰ, ਇੰਟੀਰੀਅਰ ਸਭ ਦੀ ਲੋੜ ਪੈਂਦੀ ਹੈ। ਜਦੋਂ ਅਸੀਂ ਇਸ ਲਾਈਨ 'ਚ ਸ਼ੁਰੂਆਤ ਕੀਤੀ, ਮੈਂ ਅਤੇ ਗੁਰਨਾਮ, ਬਿਲਕੁਲ ਸਹੀ ਗੱਲ ਹੈ, ਆਪਾਂ ਆਪਣੇ ਆਫਿਸ ਦੇ ਵਿੱਚ ਬੈਠ ਕੇ ਗੱਲ ਕਰਦੇ ਸੀ, ਅਸੀਂ ਮੂਵੀਜ਼ ਬਣਾਵਾਂਗੇ, ਅਸੀਂ ਸੌਂਗਸ ਬਣਾਵਾਂਗੇ, ਅਸੀਂ ਅੱਗੇ ਇਸ ਇੰਡਸਟਰੀ ਨੂੰ ਇੱਕ ਅਲੱਗ ਦਿਸ਼ਾ ਦੇਵਾਂਗੇ। ਅਤੇ ਅੱਜ ਇਹਨਾਂ ਦਾ ਇੱਕ ਗਾਣਾ ਸੁਪਨਾ, ਉਹ ਮੈਂ ਹਮੇਸ਼ਾ ਸੋਚਦਾ ਕਿ ਅਸੀਂ ਦੋਨਾਂ ਨੇ ਇਹ ਸੁਪਨਾ ਲਿੱਤਾ ਸੀ ਕਿ ਅਸੀਂ ਇਸ ਇੰਡਸਟਰੀ ਦੇ ਵਿੱਚ ਆਵਾਂਗੇ, ਮਗਰ ਇੱਕ ਨਾਮ ਜਿਹੜਾ ਪੂਰੀ ਪ੍ਰੈਸ ਕਾਨਫਰੰਸ ਦੇ ਵਿੱਚ ਮਿਸਿੰਗ ਹੈ, ਉਹ ਮੇਰਾ ਬ੍ਰਦਰ ਹੈ ਆਕਾਸ਼ਦੀਪ ਚੈਲੀ, ਜਿਹੜਾ ਜਿਹਨੇ ਇਸ, ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਹੋ, ਤੁਸੀਂ ਪੂਜਾ ਪਾਠ ਵੀ ਕਰਨਾ, ਤੁਸੀਂ ਭਗਤੀ ਵੀ ਕਰਨੀ ਹੈ, ਅਤੇ ਉਹਦੇ ਲਈ ਲਕਸ਼ਮੀ ਚਾਹੀਦੀ ਹੈ, ਇਹ ਸਭ ਨੂੰ ਪਤਾ। ਅਤੇ ਮੇਰੇ ਬ੍ਰਦਰ ਜਿਹੜੇ ਪਰਮਜੀਤ ਜੀ, ਆਪਣਾ ਆਕਾਸ਼, ਮੈਨੂੰ ਦਿਖ ਨਹੀਂ ਰਿਹਾ ਆਕਾਸ਼ ਕਿੱਥੇ ਹੈ, ਸਭ ਤੋਂ ਪਹਿਲੇ ਇਹਨੂੰ ਪ੍ਰੈਕਟੀਕਲੀ ਸ਼ੇਪ ਦੇਣ ਲਈ ਆਕਾਸ਼ ਨੇ ਸਾਨੂੰ ਯੈਸ ਕੀਤੀ, ਆਕਾਸ਼ ਹੀ ਆਈਡੀਆ ਲੈ ਕੇ ਆਇਆ, ਔਰ ਉਹਦੇ ਤੋਂ ਬਾਅਦ ਬਾਲੀ ਭਾਜੀ ਦੀ ਜਿਹੜੀ ਬਲੈਸਿੰਗ ਸੀ ਉਹਨਾਂ ਦੇ ਦਿਖਾਏ ਰਸਤੇ 'ਤੇ, ਮਾਨਵ ਜੀ, ਸਾਰੀ ਟੀਮ ਮਿਲਦੀ ਰਹੀ, ਕਿਉਂਕਿ ਗੁਰਨਾਮ ਪਹਿਲੀ ਪਰਿਵਾਰ ਦਾ ਹਿੱਸਾ ਸੀ, ਔਰ ਜਿਹੜਾ ਪਰਿਵਾਰ ਵੱਡਾ ਹੋ ਕੇ ਜੁੜਦਾ ਗਿਆ, ਔਰ ਅਸੀਂ ਸੋਚਦੇ ਕਿ ਫਿਲਮ ਬਣਾਉਣਾ ਬਹੁਤ ਮੁਸ਼ਕਿਲ ਹੈ, ਪਰ ਮੈਂ ਇੱਕ ਗੱਲ ਬੜੀ ਅਨਔਫਿਸ਼ੀਅਲ ਜੀ ਕਰਨ ਲੱਗਾ, ਸਾਰੇ ਕਹਿੰਦੇ ਕੰਟਰੈਕਟ ਕੀਤੇ ਹੋਏ ਨੇ, ਸਾਰੇ ਕਹਿੰਦੇ ਕੰਟਰੈਕਟ ਕੀਤੇ, ਲਿਖਤ ਪੜ੍ਹਤ ਕੀਤੀ ਹੋਈ ਹੈ। ਇਸ ਫਿਲਮ ਦੀ ਇੱਕ ਖੂਬੀ ਹੈ ਕਿ ਪਿਆਰ ਐਂਡ ਗੁੱਡ ਫੇਥ ਦੇ ਉੱਤੇ ਇਹ ਫਿਲਮ ਬਣੀ ਹੈ, ਵਿਦਆਊਟ ਐਨੀ ਕੰਟਰੈਕਟਸ, ਕਿਉਂਕਿ ਇਹਨਾਂ ਆਪਸ ਦੇ ਵਿੱਚ ਬਾਉਂਡ ਹੈ। ਔਰ ਬਸ ਤੁਸੀਂ ਵੀ ਸਾਰੇ ਮੀਡੀਆ ਦਾ, ਮਤਲਬ ਅਸੀਂ ਮੈਂ ਹਿੱਸਾ, ਅਤੇ ਤੁਹਾਡਾ ਪੂਰਾ ਸਾਨੂੰ ਸਾਥ, ਹੌਸਲਾ ਚਾਹੀਦਾ ਕਿ ਅਸੀਂ ਅੱਗੇ ਹੋਰ ਫਿਲਮਾਂ ਲੈ ਕੇ ਆਈਏ, ਸਾਡੀ ਖਿਡਾਰੀ ਮੂਵੀ ਨੂੰ ਤੁਸੀਂ ਵੱਧ ਤੋਂ ਵੱਧ ਦੇਖੋ, ਸਾਡਾ ਹੌਸਲਾ ਵਧੇ, ਔਰ ਸੈਕਿੰਡ ਮੂਵੀ ਸਾਡੀ ਆਲਰੇਡੀ ਬਣ ਚੁੱਕੀ ਹੈ, ਔਰ ਬੜੀ ਜਲਦੀ ਫਲੋਰ 'ਤੇ ਆਉਣ ਵਾਲੀ ਹੈ। ਮੇਰੇ ਪਿਤਾ ਡਾਕਟਰ ਅਨੂਪ ਅਗਰੋਲ ਅੱਜ ਸਾਡੇ 'ਚ ਨਹੀਂ ਹੈ, ਸਾਨੂੰ ਸਭ ਨੂੰ ਮਿਲਾਉਣ ਵਾਲੇ ਉਹੀ ਸੀਗੇ, ਅਤੇ ਅੱਜ ਮੈਂ ਉਹਨਾਂ ਦੀਆਂ ਬਲੈਸਿੰਗ ਵੀ ਫੀਲ ਕਰਦਾ, ਔਰ ਤੁਸੀਂ ਵੀ ਸਾਡੇ ਲਈ ਅਰਦਾਸ ਕਰਿਓ, ਸਾਡੇ ਪਰਿਵਾਰ ਲਈ ਔਰ ਸਾਡੇ ਗਰੁੱਪ ਲਈ। ਔਰ ਪਰਮਜੀਤ ਭਾਜੀ, ਜਦੋਂ ਬੇਟਾ ਕਿਸੇ ਚੀਜ਼ ਦੀ ਉਮੀਦ ਰੱਖਦਾ ਔਰ ਫਾਦਰ ਨੂੰ ਕਹਿੰਦੇ ਹੈ, ਅਤੇ ਇੱਕ ਮਿੰਟ ਤੋਂ ਪਹਿਲਾਂ ਹਰ ਚੀਜ਼ ਹਾਜ਼ਰ ਹੋਈ, ਪਰਮਜੀਤ ਸਿੰਘ ਜੀ, ਇਹਨਾਂ ਦੀ ਵੀ ਇੱਕ ਵਾਰੀ ਪਲੀਜ਼ ਜ਼ੋਰਦਾਰ ਤਾੜੀ। ਬਸ ਮੈਂ ਮਨਿੰਦਰ ਕੋਲ ਕਹਿੰਦਾ ਕਿ ਪ੍ਰੈਸ ਦੇ ਵਿੱਚ ਲਾਸਟ ਸਬਸਕ੍ਰਾਈਬ ਕਰਿਓ, ਸ਼ੇਅਰ ਕਰਿਓ, ਵੱਧ ਤੋਂ ਵੱਧ ਸਾਡੀ ਜਿਹੜੀ ਹੈ ਉਹਨੂੰ ਫੈਲਾਇਓ ਕਿ ਸਾਡੀ ਮੂਵੀ ਬਹੁਤ ਹਿੱਟ ਹੋ ਗਈ। ਥੈਂਕ ਯੂ ਸੋ ਮੱਚ। ਕੀ ਬਾਤ ਹੈ ਜੀ, ਸੋ ਮੀਡੀਆ ਵਿਲ ਆਲਵੇਜ਼ ਬੀ ਦੇਅਰ ਟੂ ਸਪੋਰਟ ਯੂ ਆਲ, ਸੋ ਥੈਂਕ ਯੂ ਸੋ ਮੱਚ ਸਰ।
ਸੋ ਅਕਾਸ਼ ਭਾਜੀ ਕਿਤਨੀ ਰੇਸੀ ਤੋਂ ਆਪਾਂ ਇਹਨੂੰ ਬੁਲਵਾ ਹੀ ਲੈਂਦੇ ਹਾਂ ਨਾ ਮੈਡਮ ਤੁਹਾਡਾ ਕਿਵੇਂ ਰਿਹਾ ਐਕਸਪੀਰੀਅੰਸ ਅਤੇ ਆਈਡੀਆ ਕਿੱਥੋਂ ਆਇਆ ਔਰ ਇਹਦੇ ਪਿੱਛੇ ਕੀ ਰੀਜ਼ਨ ਸੀ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰ ਭਾਜੀ ਅਤੇ ਰਾਣਾ ਕੇ ਆਪਾਂ ਤੁਹਾਡੇ ਪ੍ਰਵੀਸ਼ ਭਾਜੀ ਨਾਲ ਗੱਲਬਾਤ ਕੀਤੀ ਮੈਂ ਭਾਜੀ ਆਪਾਂ ਫਿਲਮ ਦਾ ਇੱਕ ਪ੍ਰੋਜੈਕਟ ਖੜ੍ਹਾ ਕਰੇ ਬੰਦਾ ਅਤੇ ਭਾਜੀ ਕਿਤੇ ਕਿੱਦਾਂ ਹੋਊਗਾ ਅਤੇ ਆਪਾਂ ਵੈਸੇ ਹੀ ਬੈਠੇ ਸੀਗੇ ਗੱਲਬਾਤ ਕਰਦੇ ਅਸੀਂ ਕਹਿੰਦੇ ਵੀ ਲੈਂਦੇ ਹਾਂ ਅਤੇ ਬਾਅਦ ਮੈਂ ਫਾਦਰ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਡੈਡੀ ਮੈਂ ਭਾਜੀ ਨਾਲ ਗੱਲ ਕਰ ਰਿਹਾ ਕਿਉਂਕਿ ਭਾਜੀ ਦਾ ਸਾਡੇ ਨਾਲ ਫੈਮਲੀ ਦਾ ਮਾਹੌਲ ਹੈ ਸਾਰਾ ਕਈ ਸਾਲਾਂ ਤੋਂ ਅਤੇ ਅਸੀਂ ਫਿਰ ਹੌਲੀ ਹੌਲੀ ਟੀਮ ਵਰਕ ਸ਼ੁਰੂ ਕੀਤਾ ਮਾਨਵ ਭਾਈ ਨੂੰ ਕਾਲ ਕੀਤੀ ਗੁਰਨਾਮ ਭਾਈ ਨੂੰ ਕਾਲ ਕੀਤੀ ਸਭ ਨਾਲ ਵਧੀਆ ਲੈਣੀ ਦੇ ਮਾਹੌਲ ਸੀ ਭਾਜੀ ਨਾਲ ਅਤੇ ਕਿਸੇ ਨੇ ਨਾ ਨਹੀਂ ਕੀਤੀ ਕਿਸੇ ਚੀਜ਼ ਤੋਂ ਅਤੇ ਜਾਣੀ ਕਿ ਹੌਲੀ ਹੌਲੀ ਸਾਰੀ ਚੀਜ਼ ਆਪੀ ਪੌੜੀਆਂ ਚੜ੍ਹਦੀ ਰਹੀ ਅਤੇ ਇਸ ਫਿਲਮ ਦੇ ਵਿੱਚ ਹੋਰ ਬਹੁਤ ਵੱਡੀ ਚੀਜ਼ ਆ ਜਦੋਂ ਜੈਸਲਮੇਰ ਸ਼ੂਟ ਹੋਇਆ ਜਾਂ ਕਿਤੇ ਵੀ ਸ਼ੂਟ ਹੋਇਆ ਜਦੋਂ ਜੈਸਲਮੇਰ ਸ਼ੂਟ ਹੋਇਆ ਉਦੋਂ 55 ਡਿਗਰੀ ਗਰਮੀ ਸੀਗੀ ਉਸ ਟਾਈਮ ਜਾਣੀ ਕਿ ਜਿਹੜੀ ਵੇਦਤਾ ਸੀ ਉਹ ਸੋਚ ਨਹੀਂ ਸਕਦੇ ਕਿੰਨੀ ਜਾਣੀ ਕਿ ਗਰਮੀ ਸੀਗੀ ਅਤੇ ਉਸ ਗਰਮੀ ਦੇ ਵਿੱਚ ਭਾਜੀ ਉਹਨਾਂ ਨੇ ਆਪਣੀ ਇੰਨੀ ਮਿਹਨਤ ਦਿਖਾਲੀ ਮੈਂ ਕਹਿੰਦਾ ਜਿੰਨੀ ਦਿਖਾਲੀ ਬਹੁਤ ਆ ਉਹ ਭਾਜੀ ਵੀ ਉਹ ਖੁਸ਼ ਹੋਏ ਭਾਜੀ ਮਾਨਵ ਭਾਈ ਦੇ ਪੈਰਾਂ 'ਤੇ ਛਾਲੇ ਹੋਏ ਉਸ ਟਾਈਮ ਭਾਜੀ ਦੀ ਧੂਈ ਫ੍ਰੈਕਚਰ ਹੋਈ ਜਾਂ ਕੁਛ ਵੀ ਹੋਇਆ ਉਹਨਾਂ ਦਿਨਾਂ 'ਚ ਭਾਜੀ ਨੇ ਵੀ ਮਿਹਨਤ ਕੀਤੀ ਗੁਰਨਾਮ ਭਾਈ ਨੇ ਸਾਨੂੰ ਦੂਰੋਂ ਦੇਖ ਕੇ ਪਤਾ ਲਾ ਲਏਗਾ ਇਹ ਫਿਲਮ ਕਿੱਥੇ ਤੱਕ ਜਾਏਗੀ ਅਤੇ ਅੱਜ ਸਿਰਫ ਇੱਕ ਵਾਰ ਭਾਈ ਨੇ ਕਿਹਾ ਕਿ ਭਾਜੀ ਆਪਾਂ ਮਿਹਨਤ ਇੱਦਾਂ ਦੀ ਕਰਨੀ ਆਪਾਂ ਇਕੱਠੇ ਦਾ ਜੀ ਕਰੀਏ ਭਾਈ ਨੇ ਕਿਹਾ ਤੁਸੀਂ ਟੈਨਸ਼ਨ ਨਾ ਲਓ ਇੱਦਾਂ ਦੀ ਕਰਾਂਗੇ ਸਾਰੀ ਆਡੀਅੰਸ ਆਪਣਾ ਸਾਥ ਦੇਵੇਗੀ ਥੈਂਕ ਯੂ ਬਹੁਤ ਵਧੀਆ ਬੜਾ ਮਾਣ ਮਹਿਸੂਸ ਹੋਇਆ ਔਰ ਬੜੀਆਂ ਸ਼ੁਭਕਾਮਨਾਵਾਂ ਸਾਰੀ ਟੀਮ ਨੂੰ ਉਮੀਦ ਆ ਕਿ ਬਹੁਤ ਕਾਮਯਾਬ ਰਹੇਗੀ ਬਹੁਤ ਵਧੀਆ ਲੱਗਿਆ ਜੀ ਅਤੇ ਮੈਂ ਜ਼ਰੂਰ ਦੀਪਕ ਭਾਜੀ ਨਾਲ ਜਾ ਕੇ ਮੈਂ ਮੂਵੀ ਵੀ ਜ਼ਰੂਰ ਦੇਖ ਕੇ ਆਊਂਗਾ ਜੇ ਬੁਲਾਓਗੇ ਤਾਂ ਮੈਂ ਕੁਛ ਕਰਨ ਦਾ ਮੌਕੇਗਾ ਥੈਂਕ ਯੂ ਮੈਂ ਕਿਹਾ ਠੀਕ ਹੈ ਮੈਂ ਘਟਾ ਦੂੰਗਾ ਉਸ ਤੋਂ ਬਾਅਦ ਮੈਂ ਘਰ ਆਇਆ ਅਤੇ ਮਤਲਬ
10 ਦਿਨ ਬਾਅਦ ਭਾਈ ਨੇ ਮੈਨੂੰ ਬੁਲਾਇਆ ਤੇ ਯਾਰ ਕੋਈ ਫਰਕ ਪਿਆ ਵਾ। ਮੈਂ ਕਿਹਾ ਭਾਈ ਬਿਲਕੁਲ ਪਿਆ ਪਰ ਮੈਂ ਤੁਹਾਨੂੰ ਮਿਲ ਨਹੀਂ ਸਕਦਾ, ਮੈਂ ਸਿੱਧਾ ਸ਼ੂਟ 'ਤੇ ਮਿਲੂੰ, ਕਿਉਂਕਿ ਮੈਨੂੰ ਸ਼ੱਕ ਸੀਗਾ ਕਿ ਨਹੀਂ ਮੇਰਾ ਢਿੱਡ ਅੰਦਰ ਨਹੀਂ ਗਿਆ ਅਤੇ ਭਾਅ ਜੀ ਕਹਿੰਦੇ ਮੈਨੂੰ ਫਿਲਮ 'ਚ ਬਾਹਰ ਨਾ ਕਰ ਦੇ, ਕਿਉਂਕਿ ਭਾਅ ਜੀ ਮੈਂ ਸਿੱਧਾ ਸ਼ੂਟ 'ਤੇ ਮਿਲਿਆ। ਸੋ ਥੈਂਕ ਯੂ ਸੋ ਮਚ ਭਾਅ ਜੀ ਕਿ ਤੁਸੀਂ ਉਹ ਮੇਰਾ ਥੋੜ੍ਹਾ ਜਿਹਾ ਢਿੱਡ ਦੇਖ ਕੇ ਵੀ ਮੈਨੂੰ ਫਿਲਮ ਦੇ ਸ਼ੂਟ ਤੋਂ ਵਾਪਸ ਨਹੀਂ ਭੇਜਿਆ ਅਤੇ ਮੈਂ ਬੜਾ ਖੁਸ਼ ਨਸੀਬ ਹੈ ਕਿ ਮੈਂ ਖਿਡਾਰੀ ਦਾ ਹਿੱਸਾ। ਬਾਕੀ ਸਾਰੀ ਟੀਮ ਬਹੁਤ ਵਧੀਆ, ਗੁਰਨਾਮ ਜੀ ਨਾਲ ਕਰਤਾਰ ਜੀ ਨਾਲ ਵੀ ਤੁਹਾਡਾ ਕੰਮ ਕਰਕੇ ਮੈਂ ਫਿਲਮ ਬਣਾ ਅਤੇ ਬਹੁਤ ਚੰਗਾ ਲੱਗਾ। ਅਤੇ ਭਾਅ ਜੀ ਭਾਅ ਜੀ ਜਦੋਂ ਮੇਰਾ ਸੀਨ ਹੈ ਨਹੀਂ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਦੀਪਾ ਜੀ ਗਾਂਧੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਸੋ ਓਵਰ ਟੂ ਮੀਡੀਆ। ਸੋ ਜੇ ਕਿਸੇ ਨੇ ਵੀ ਕੋਈ ਕੁਐਸਚਨ ਪੁੱਛਣੇ ਨੇ ਯੂ ਹੈਵ ਐਨੀਥਿੰਗ ਇਨ ਯੋਰ ਮਾਈਂਡ ਸੋ ਇਟਸ ਟਾਈਮ ਯੂ ਹੈਵ 2 ਟੂ 3 ਮਿੰਟਸ ਯੈਸ ਸਰ ਪਲੀਜ਼। ਹੈਲੋ ਗੁੱਡ ਆਫਟਰਨੂਨ ਮੈਮ, ਸੁਰਭੀ ਮੈਮ ਸੇ ਇੱਕ ਕੁਐਸਚਨ ਹੈ। ਮੈਮ ਗੁਲਿਸਤਾਨ ਨਿਊਜ਼ ਸਪੈਸ਼ਲ, ਆਪਣੇ ਬੰਬੇ ਮੇ ਜੋ ਲਾਗੇ ਵੀ ਆਈ ਥਿੰਕ ਕੀਆ ਸਰ ਔਰ ਉਸਕੇ ਬਾਅਦ ਆਪਕਾ ਮਤਲਬ ਇਕਦਮ ਸੇ ਪੰਜਾਬੀ ਇੰਡਸਟਰੀ ਮੇ ਆਪਕਾ ਯੇ ਕਿਆ ਡਿਫਰੈਂਸ ਲਗਾ ਹੋਗਾ ਸਰ? मुझे ज्यादा फर्क नहीं लगा, मुझे ऐसा लगता है कि आप कहीं में भी काम कर रहे हो वो बॉम्बे या सामने देखो। ओ अच्छा, आप बॉम्बे में काम कर रहे हो सर, आपको चलेगा मैं सामने आप बॉम्बे में काम कर रहे हो, पंजाब में कर रहे हो, कहीं में भी कर रहे हो, एज लॉन्ग एज आपको आपका कैरेक्टर अच्छा लग रहा है दैट्स व्हाट मैटर्स। तो मुझे बहुत बहुत मजा आया इस फिल्म में काम करके, मेरा कैरेक्टर मुझे बहुत पसंद है एंड या दैट्स इट। थैंक यू सो मच। ਇਸ ਵਾਰ ਤਾਂ ਵਾਈਫ ਦਾ ਵੀ ਲੱਗਣਾ ਹੈ ਤਾਂ ਕਰਨਾ।
ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਬਹੁਤ ਸੋਹਣਾ ਅਤੇ ਬਹੁਤ ਚੰਗਾ ਕੰਸੈਪਟ ਹੈ ਖਿਡਾਰੀ ਨੇ। ਸੋ ਗੁਰਨਾਮ ਵੀਰੇ ਸਾਡਾ ਨਾ ਸਵਾਲ ਲਈ ਹੁੰਦਾ ਸੀਗਾ ਕਿ ਵੀਰੇ ਬਹੁਤ ਰੋਮੈਂਟਿਕ ਫਿਲਮਾਂ ਕੀਤੀਆਂ ਨੇ ਅਤੇ ਐਕਸ਼ਨ ਜੋਨਰ ਦੀ ਫਿਲਮ ਕਰੀ ਹੈ, ਅਤੇ ਮੈਂ ਪੁੱਛਣਾ ਚਾਹੂੰਗਾ ਕਿ ਰਾਜਵੀਰ ਸੁੱਖੇ ਅਤੇ ਜੇ ਬੀ ਦੇ ਸਫ਼ਰ ਤੋਂ ਗੁਰੂ ਤੱਕ ਦਾ ਸਫ਼ਰ ਹੈ ਜਿਹੜਾ, ਕਿੰਨੀ ਕੁ ਸਟਰਗਲ ਰਹੀ ਹੈ ਜਾਂ ਉਸ ਲਈ ਤੁਸੀਂ ਕਿੰਨੀ ਮਿਹਨਤ ਕੀਤੀ? ਨਹੀਂ, ਇਹ ਫਿਲਮ ਸਭ ਤੋਂ ਵੱਧ ਚੈਲੇਂਜਿੰਗ ਸੀਗੀ ਮੇਰੇ ਲਈ, ਕਿਉਂਕਿ ਸਿਰਫ ਐਕਟਿੰਗ ਵਾਈਜ਼ ਚੈਲੇਂਜਿੰਗ ਨਹੀਂ ਸੀ, ਬਾਡੀ ਵਾਈਜ਼ ਰੈਸਲਿੰਗ ਸਿੱਖਣ ਅਤੇ ਬਹੁਤ ਮੈਂ ਕਹਿ ਤਾਂ ਦਿੱਤਾ ਵੀ ਯਾਰ ਮੈਂ ਰੈਸਲਿੰਗ ਸਿੱਖੂੰਗਾ ਫਿਰ ਆਪਾਂ ਸ਼ੂਟ ਕਰਾਂਗੇ, ਪਰ ਜਦੋਂ ਅਸੀਂ ਸਿੱਖਣੀ ਸ਼ੁਰੂ ਕੀਤੀ ਉਦੋਂ ਮੈਂ ਕਿਹਾ ਵੀ ਇਹ ਪੁੱਠਾ ਪੰਗਾ ਲੈ ਲਿਆ, ਵਧੀਆ ਅਸੀਂ ਬਾਡੀ ਡਬਲ ਯੂਜ਼ ਕਰ ਲੈਂਦੇ ਹਾਂ ਨਾ, ਅਤੇ ਪਰ ਹੌਲੀ ਹੌਲੀ ਫਿਰ ਤੁਹਾਨੂੰ ਕੋਨਫੀਡੈਂਸ ਆਉਣ ਲੱਗ ਜਾਂਦਾ। ਅਤੇ ਮਾਨਵ ਭਾਜੀ ਮਤਲਬ ਡਾਇਰੈਕਟਰ ਜਦੋਂ ਆਪ ਕੋਚ ਦੇ ਨਾਲ ਤੁਹਾਡੇ ਕੋਲ ਤੁਹਾਡੇ ਫਲੈਟ 'ਚ ਠਾਉਣ ਆ ਰਹੇ ਕਿ ਚੱਲ ਪ੍ਰੈਕਟਿਸ ਕਰ, ਤਾਂ ਤੁਹਾਨੂੰ ਖੁਸ਼ੀ ਵੀ ਹੁੰਦੀ ਹੈ ਹੈ ਨਾ, ਜਾਂ ਪ੍ਰੋਡਿਊਸਰਸ ਹਰ ਚੀਜ਼ ਦੇ ਵਿੱਚ ਇਨਵੋਲਵ ਹੁੰਦਾ, ਤੁਹਾਨੂੰ ਇਹ ਹੁੰਦਾ ਕਿ ਯਾਰ ਹਰ ਬੰਦਾ ਆਪਣਾ 100% ਦੇ ਰਿਹਾ ਤਾਂ ਮੈਂ ਕਿਉਂ ਨਾ ਦੇਵਾਂ, ਹੈ ਨਾ। ਅਤੇ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਮੈਨੂੰ, ਮੈਂ ਮੇਰੇ ਕਰਕੇ ਸ਼ੂਟ ਲੇਟ ਸਟਾਰਟ ਹੋਇਆ, ਮਤਲਬ ਅਸੀਂ ਪਲੈਨ ਕੀਤਾ ਸੀ ਫਰਵਰੀ ਮਾਰਚ 'ਚ, ਜੂਨ ਤੱਕ ਗਿਆ ਕਿਉਂਕਿ ਮੈਨੂੰ ਕੁਸ਼ਤੀ ਸਿੱਖਣ 'ਚ ਟਾਈਮ ਲੱਗ ਗਿਆ ਬਹੁਤ, ਪਰ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਅਤੇ ਅਸੀਂ ਸਾਰੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਤਾਂ ਕਰ ਰਹੇ ਹਾਂ, ਪਰ ਅਸੀਂ ਦਿਲੋਂ ਦੁਆ ਕਰ ਰਹੇ ਹਾਂ ਕਿ ਜਿੰਨੇ ਐਫਰਟਸ ਇਸ ਪ੍ਰੋਜੈਕਟ 'ਚ ਲੱਗੇ ਆ 9 ਫਰਵਰੀ ਨੂੰ ਕਾਮਯਾਬ ਹੋਣ, ਫਿਰ ਅਸੀਂ ਖਿਡਾਰੀ 2, ਖਿਡਾਰੀ 3, ਖਿਡਾਰੀ 5 ਤੱਕ ਸਾਡੀ ਡੀਲ ਹੋ ਜਾਂਦੀ ਹੈ। ਫਿਲਮ ਦੇ ਵਿੱਚ ਤੁਹਾਡਾ ਕਰੈਕਟਰ ਗੁਰਨਾਮ ਵੀਰ ਨਾਲ ਇੱਕ ਭਰਾ ਵਾਲਾ ਕਰੈਕਟਰ ਹੈ, ਅਤੇ ਗੁਰਨਾਮ ਵੀਰ ਦੱਸ ਰਹੇ ਸੀਗੇ ਕਿ ਵਾਕਈ ਉਹ ਫੀਲਿੰਗ ਸਾਡੀ ਭਰਾ ਵਾਲੀ ਹੀ ਸੀਗੀ, ਅਤੇ ਕਿਉਂ ਜਿਹਾ ਸੀਗਾ ਮਾਹੌਲ ਗੁਰਨਾਮ ਵੀਰ ਦੱਸ ਰਹੇ ਕਿ ਇੱਕ ਵਾਰੀ ਅਸੀਂ ਇਮੋਸ਼ਨਲ ਵੀ ਹੋ ਗਏ ਸੀਗੇ ਸੱਚੀ ਦੇ ਵਿੱਚ, ਕਿ ਵਾਕਈ ਉਹ ਭਰਾਵਾਂ ਦੀ ਕਿਉਂ ਨਹੀਂ ਬੋਂਡਿੰਗ ਰਹੀ? ਨਹੀਂ ਬਿਲਕੁਲ, ਮੈਨੂੰ ਲੱਗਦਾ ਕਿ ਇਹ ਤੁਹਾਨੂੰ ਫਿਲਮ ਦੇ ਪਰਦੇ 'ਤੇ ਆਪਣੇ ਆਪ ਹੀ ਨਜ਼ਰ ਆਉਗੀ ਚੀਜ਼, ਜਦੋਂ ਅਸੀਂ ਕੋਈ ਚੀਜ਼ ਫੀਲ ਕਰਕੇ ਕਰਦੇ ਹਾਂ, ਦਿਲੋਂ ਕਰਦੇ ਹਾਂ, ਦਿਲੋਂ ਕੀਤੀ ਹੋਈ ਚੀਜ਼ ਉਹ ਆਡੀਅੰਸ ਨੂੰ ਵੀ ਪ੍ਰਵਾਨ ਹੁੰਦੀ ਹੈ ਅਤੇ ਰੱਬ ਨੂੰ ਵੀ ਪ੍ਰਵਾਨ ਹੁੰਦੀ ਹੈ। ਅਤੇ ਫਾਰਮੈਲਿਟੀ ਅਸੀਂ ਇੰਨੀ ਕੁਛ ਮਰਜ਼ੀ ਕਰੇ ਜਾਈਏ, ਅਸੀਂ ਖਾੜੇ ਜਦੋਂ ਘੋਲਦੇ ਹੁੰਦੇ ਸੀਗੇ, ਲਾਸਟ ਸ਼ੋਟ ਤੁਸੀਂ ਵੇਖਿਆ ਹੋਣਾ, ਮਤਲਬ ਅਸੀਂ ਲੇਟੇ ਹੋਏ ਜਾਂ ਦੋਵੇਂ ਜਣੇ, ਅਤੇ ਗੁਰਨਾਮ ਵੀਰ ਨਾਲ ਹੁਣ ਵੀ ਮੇਰਾ ਉਹੀ ਬੌਂਡ ਹੈਗਾ, ਬਿਲਕੁਲ ਅਸੀਂ ਇੱਕ ਦੂਜੇ ਦੇ ਨਾਲ ਵੀ ਪ੍ਰੋਬਲਮ ਹੋਵੇ ਸ਼ੇਅਰ ਵੀ ਕਰਦੇ ਹਾਂ, ਅਤੇ ਮਤਲਬ ਇਹ ਨਹੀਂ ਹੈਗਾ ਕਿ ਸਾਡੀ ਗੱਲ ਹੋਵੇ ਨਾ ਹੋਵੇ, ਪਰ ਉਹ ਫਿਲਮ ਤੋਂ ਬਣਿਆ ਬੌਂਡ ਹੈ, ਉਸ ਤੋਂ ਪਹਿਲਾਂ ਹੈਲੋ ਹੈ ਹੀ ਸੀਗਾ, ਅਤੇ ਉਹ ਰਿਸ਼ਤੇ ਨੂੰ ਦੇਖਦੇ ਹੋਏ ਲੱਗਦਾ ਮੈਂ ਵੀ ਇੰਨਾ ਕੌਨਫੀਡੈਂਟ ਹਾਂ, ਅੱਜ ਚੇਅਰ 'ਤੇ ਚੌੜਾ ਹੋਇਆ ਬੈਠਾ, ਮੈਨੂੰ ਲੱਗਦਾ ਫਿਲਮ ਚੱਲੂਗੀ, ਹੈ ਨਾ, ਕਿਉਂਕਿ ਇਹਦੀ ਹਵਾ ਦੱਸਦੀ ਹੈ, ਤੁਹਾਡਾ ਪਿਆਰ ਦੱਸਦਾ, ਸਾਡੀ ਟੀਮ ਦੱਸਦੀ ਹੈ ਨਾ, ਅਤੇ ਅਸੀਂ ਦੋਵਾਂ ਨੇ ਰਲ ਕੇ ਮਾਨਵ ਸ਼ਾਹ ਨੂੰ ਕਿੰਨਾ ਮਰਜ਼ੀ ਮਾੜਾ ਭਲਾ ਗਿਆ ਉਹਨੇ ਕਦੇ ਫੀਲ ਹੀ ਨਹੀਂ ਕੀਤਾ। ਮੈਨੂੰ ਲੱਗਦਾ ਕਿ ਜਦੋਂ ਗੁਰਨਾਮ ਦਾ ਫੋਨ ਜਾਂਦਾ ਹੋਵੇ ਤਾਂ ਬੀਬੀ ਅੱਪ ਹੁੰਦਾ, ਉਹ ਤੋਂ ਬਾਅਦ ਮੇਰਾ ਜਾਂਦਾ, ਉਹ ਤੋਂ ਹੋਰ ਅੱਪ ਹੋ ਜਾਂਦਾ ਹੋਊਗਾ ਕਿ ਦੋਵੇਂ ਭਰਾ ਰਲ ਗਏ, ਮੈਨੂੰ ਕਿਉਂ ਹੋਲਡ ਕਰੀ ਜਾਂਦੇ, ਇਹ ਜੋਕ ਸੀਗਾ। ਅਤੇ ਸੇਮ ਹੀ ਜਿਵੇਂ ਮੇਰਾ ਅਤੇ ਗੁਰਨਾਮ ਦਾ ਇਹਦੇ ਵਿੱਚ ਪਿਆਰ ਨਜ਼ਰ ਆਊਗਾ, ਇਹਦੇ ਵਿੱਚ ਜ਼ਿੰਦਗੀ ਵੀ ਉਵੇਂ ਚੱਲਦੀ ਹੈ ਖੇਡ ਦੇ ਨਾਲ, ਖੇਡ ਜਿਉਂਦੇ ਬੰਦੇ ਜਾਂ ਸਮਾਜ ਵਿੱਚ ਵਿਚਰਦੇ ਲੋਕ ਹੀ ਆਪਾਂ ਖੇਡ ਖੇਡਦੇ ਹਾਂ, ਅਤੇ ਜਿਹੜੇ ਆਮ ਲੋਕ ਨੇ ਜਿਹੜੇ ਖੇਡਾਂ ਨਾਲ ਨਹੀਂ ਜੁੜੇ, ਜ਼ਿੰਦਗੀ 'ਚ ਦੂਜੀਆਂ ਖੇਡਾਂ ਖੇਡਦੇ ਇੱਕ ਦੂਜੇ ਦੇ ਨਾਲ, ਸੋ ਸਾਰਾ ਕੁਛ ਹੀ ਅਸੀਂ ਲੈ ਕੇ ਚੱਲੇ ਹਾਂ, ਉਸੇ ਨੂੰ ਅਸੀਂ ਇੰਟਰਟੇਨਮੈਂਟ ਕਹਿੰਦੇ ਹਾਂ। ਇਹਦੇ ਵਿੱਚ ਨਾਲ ਰੋਮਾਂਸ ਵੀ ਹੈਗਾ, ਸੁਰ ਵੀ ਹੈ, ਇਹਨਾਂ ਨੇ ਮਤਲਬ ਬੋਲੀਵੁੱਡ 'ਚ ਵੀ ਬਹੁਤ ਕੰਮ ਕੀਤਾ, ਇੱਥੇ ਵੀ ਤੁਹਾਨੂੰ ਇਹਨਾਂ ਦਾ ਗੁਰਨਾਮ ਨਾਲ ਸਾਰੀ ਫਿਲਮ 'ਚ ਬੌਂਡ ਨਜ਼ਰ ਆਊਗਾ, ਹੁਣ ਵੀ ਤੁਹਾਨੂੰ ਐਕਸਾਈਟਮੈਂਟ ਦਿਸਦੀ ਹੋਊਗੀ। ਮੇਰੇ ਨਾਲ ਪ੍ਰਭ ਗਰੇਵਾਲ ਹੈ ਜਿਹਦਾ ਗੈਸਟ ਐਕਸਪੀਰੀਅੰਸ ਹੈਗਾ, ਪਾਸਟ ਦੇ ਵਿੱਚ ਇੱਕ ਮਤਲਬ
ਇਹਨਾਂ ਨੂੰ ਭਾਈ ਤਾਂ ਪਹਿਲਾਂ ਲਿਖਣਾ ਪੈਂਦਾ ਸੀ, ਹੁਣ ਤਾਂ ਬੋਲਣਾ ਹੀ ਹੈ ਨਾ, ਛਾਪ ਹੀ ਦੇਣਾ। ਮੈਂ ਐਕਚੁਅਲੀ ਉਦੋਂ ਤਾਂ ਚੱਲਿਆ ਹੋਇਆ ਜਦੋਂ ਪ੍ਰੈਸ ਕਾਨਫਰੰਸ ਪ੍ਰੈਸ ਨੋਟ ਦੇ ਦਿੰਦੇ ਹੁੰਦੇ ਸੀ, ਪ੍ਰੈਸ ਨੂੰ ਬੋਲਣਾ ਨਹੀਂ ਸੀ ਪੈਂਦਾ। ਹੁਣ ਸਾਰੇ ਕੈਮਰੇ ਵੇਖ ਕੇ ਲੱਗਦਾ ਸ਼ਾਮ ਤੱਕ ਯਾਰ ਗਲਾ ਪੈ ਜਾਂਦਾ ਹੁੰਦਾ, ਤਾਂ ਕੱਲ੍ਹ ਤਾਂ ਬੋਲੇ ਨਹੀਂ ਜਾਣਾ ਹੈਗਾ, ਇੰਨੀ ਵਾਰ ਬੋਲਣਾ ਪੈਣਾ, ਲਿਖਣ ਦਾ ਕੰਮ ਹੀ ਖਤਮ ਹੋ ਗਿਆ। ਸੋ ਕੁੱਲ ਮਿਲਾ ਕੇ ਹੈਡ ਟੂ ਟੋ ਕਹਿ ਸਕਦੇ ਏ ਟੂ ਜ਼ੈਡ ਸਾਡੇ ਵਧੀਆ ਰਿਸ਼ਤੇ ਬਣੇ ਆ ਆਪਸ ਦੇ ਵਿੱਚ। ਸਾਡੇ ਪ੍ਰੋਡਿਊਸਰ ਦਾ ਸਾਡੇ ਨਾਲ ਮਤਲਬ ਜੋ ਵੀ ਨਿੱਕੀ ਨਿੱਕੀ ਪ੍ਰਮੋਸ਼ਨ ਕਰਦੇ ਨੇ ਸਾਡੇ ਨਾਲ ਵਟਸਐਪ 'ਤੇ ਇੱਧਰ ਸ਼ੇਅਰ ਕਰਦੇ ਆ, ਅਤੇ ਮੈਨੂੰ ਲੱਗਦਾ ਵੱਡੇ ਵੱਡੇ ਕਾਰਪੋਰੇਟ ਦੇ ਨਾਲ ਤਾਂ ਕੰਮ ਕਰਕੇ ਹਰ ਇੱਕ ਖੁਸ਼ ਹੁੰਦਾ, ਪਰ ਇਹੋ ਜਿਹੇ ਪ੍ਰੋਡਿਊਸਰ ਜੇ ਸਭ ਨੂੰ ਮਿਲਦੇ ਆ ਤਾਂ ਪੰਜਾਬੀ ਸਿਨੇਮਾ ਸਾਊਥ ਤੱਕ ਜਾਣ 'ਚ ਨੂੰ ਬਾਹਲਾ ਟਾਈਮ ਨਹੀਂ ਲੱਗਣਾ ਹੈਗਾ। ਆਹ ਫਿਲਮ ਤੁਹਾਨੂੰ ਦੱਸ ਦੇ ਮੈਂ ਸਿਨੇਮੇ ਦਾ ਮਤਲਬ ਇਹ ਨਹੀਂ ਕਿ ਐਕਸ਼ਨ ਆ, ਲੜਾਈਆਂ ਹੁੰਦੀਆਂ, ਗੱਡੀਆਂ ਉੱਡਦੀਆਂ, ਹੈ ਨਾ, ਧੂੜ ਫੁੱਟਦੀ ਆ, ਅਤੇ ਉਹ ਵੀ ਨਹੀਂ। ਕੰਸੈਪਟ ਕਿੰਨਾ ਕਲੀਅਰ ਹੁੰਦਾ, ਡਿਲੀਵਰ ਹੁੰਦਾ ਆਡੀਅੰਸ ਤੱਕ, ਆਡੀਅੰਸ ਕਿੰਨੀ ਕੁ ਜੁੜਦੀ ਹੈ। ਹੁਣ ਬਾਹਰ ਵੀ ਫੇਲ ਫਿਲਮ ਵੀ ਹੈ, ਫੇਲ ਹੈਗੀ, ਕਿੰਨਾ ਚੱਲੀ ਹੈ, ਉਹਦੇ ਵਿੱਚ ਕੋਈ ਮੁੱਲਾਂ ਦਾ ਬਜਟ ਵਿੱਚ ਲੱਗਿਆ ਹੋਣਾ, ਉਹਨੂੰ ਸਿਨੇਮਾ ਕਹਿੰਦੇ ਆ, ਉਹਨੂੰ ਇੰਟਰਟੇਨਮੈਂਟ ਕਹਿੰਦੇ ਆ। ਉਹ ਚੀਜ਼ਾਂ ਨੂੰ ਕੈਰੀ ਕਰਕੇ ਚੱਲੇ ਅਸੀਂ ਖਿਡਾਰੀ ਦੇ ਵਿੱਚ। ਤੋ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਥੈਂਕ ਯੂ। ਬਿਲਕੁਲ ਬਿਲਕੁਲ ਸਰ, ਮੈਂ ਪਹਿਲੀ ਲਾਈਨ ਇਹ ਕਹੀ ਸੀ ਕਿ ਮੈਂ ਜਦੋਂ ਵਾਪਸ ਆਈ ਇੱਕ ਉਸ ਸੈੱਟ 'ਤੇ ਵਾਪਸ ਆਉਣਾ ਜਿੱਥੇ ਹਰ ਕੋਈ ਤੁਹਾਡੀ ਬੋਲੀ ਬੋਲ ਰਿਹਾ, ਉਹ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਐਕਸਪੀਰੀਅੰਸ ਸੀ। ਔਰ ਥੈਂਕਸ ਟੂ ਮਾਨਵ ਜਿਹਨੇ ਮੈਨੂੰ ਫੋਰਸ ਕੀਤਾ ਫਿਲਮ ਕਰਨ ਲਈ, ਔਰ ਬਹੁਤ ਗੱਲਾਂ ਵੀ ਸੁਣੀਆਂ, ਹੁਣ ਵੀ ਸੁਣਾ, ਇਜ਼ ਅ ਫਰੈਂਡ ਸੋ ਦੈਟਸ ਫਾਈਨ। ਔਰ ਯਾ ਮਤਲਬ ਬਟ ਓਵਰਆਲ ਆਈ ਐਮ ਗਲੈਡ ਕਿ ਕਾਸਟ ਬਹੁਤ ਵਧੀਆ ਸੀ, ਆਈ ਹੈਡ ਗ੍ਰੇਟ ਟਾਈਮ ਵਰਕਿੰਗ ਵਿਦ ਗੁਰਨਾਮ, ਐਂਡ ਮਿਊਜ਼ਿਕ ਬਹੁਤ ਵਧੀਆ। ਹੁਣ ਜਿਵੇਂ ਜਿਵੇਂ ਮੈਂ ਗਾਣੇ ਸੁਣਦੀ ਹਾਂ ਬਹੁਤ ਵਧੀਆ ਮਿਊਜ਼ਿਕ ਹੈ, ਸਟੋਰੀ ਬਹੁਤ ਵਧੀਆ ਹੈ, ਸੀ ਸਿਰਫ ਇੱਦਾਂ ਨਹੀਂ ਹੈ ਕਿ ਫਿਲਮ ਕੀਤੀ ਤੁਸੀਂ ਆਏ ਤੁਸੀਂ ਆਪਣੀ ਲਾਈਨਾਂ ਬੋਲੀਆਂ ਤੁਸੀਂ ਚਲੇ ਗਏ। ਇਸ ਕੈਰੇਕਟਰ ਦੇ ਵਿੱਚ ਕਾਫੀ ਕੁਝ ਸੀ ਕਰਨ ਲਈ ਇਮੋਸ਼ਨ ਸੀ, ਔਰ ਮੈਨੂੰ ਇੱਦਾਂ ਲੱਗਦਾ ਕਿ ਐਜ਼ ਐਨ ਐਕਟਰ ਉਦੋਂ ਹੀ ਤੁਹਾਡੀ ਭੁੱਖ ਉਤਰਦੀ ਹੈ ਜਦੋਂ ਤੁਸੀਂ ਕੁਛ ਚੈਲੇਂਜਿੰਗ ਕਰਦੇ ਹੋ, ਸੋ ਉਹ ਸਭ ਮੈਨੂੰ ਇਸ ਫਿਲਮ 'ਚ ਕਰਨ ਲਈ ਮਿਲਿਆ। ਸੋ ਆਮ ਵੈਰੀ ਐਕਸਾਈਟਡ। ਸਰ ਪੰਜਾਬੀ ਮੇਰੀ ਮਾਂ ਬੋਲੀ ਹੈ ਔਰ ਇਹ ਤਾਂ ਇੱਦਾਂ ਹੀ ਰਹੇਗੀ। ਅਫਕੋਰਸ ਮੈਂ ਪੰਜਾਬੀ ਹੀ ਬੋਲਦੀ ਹਾਂ, ਸਿਰਫ ਸੈੱਟ 'ਤੇ ਅਫਕੋਰਸ ਮੇਰੀ ਲਾਈਨਸ ਹਿੰਦੀ ਦੇ ਵਿੱਚ ਹੁੰਦੀਆਂ, ਬਟ ਅਦਰਵਾਈਜ਼ ਵਿਦ ਮਾਈ ਫੈਮਿਲੀ ਮੈਨੂੰ ਉੱਥੇ ਕੋਈ ਵੀ ਮਿਲ ਜਾਵੇ ਉਹ ਮੈਨੂੰ ਮਾੜਾ ਜਿਹਾ ਵੀ ਟੁੱਟੀ ਭੱਜੀ ਵੀ ਮੇਰੇ ਨਾਲ ਕੋਈ ਪੰਜਾਬੀ 'ਚ ਗੱਲ ਕਰਦਾ, ਮੈਂ ਫਟ ਪੰਜਾਬੀ 'ਚ ਸ਼ੁਰੂ ਹੋ ਜਾਂਦੀ ਹਾਂ, ਬਿਕੋਜ਼ ਅਫਕੋਰਸ ਇਟਸ ਮਾਈ ਮਦਰ ਟੰਗ, ਇਟ ਹੈਜ਼ ਟੂ ਬੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਹਰਪ੍ਰੀਤ ਕੌਰ ਪਾਂਜਰਾ ਨੂੰ ਜਾਣਦਾ ਹਾਂ, ਮੇਰਾ ਸਵਾਲ ਨਾਮ ਜੀ ਨੂੰ ਹੈ। ਸਰ ਜਿੱਦਾਂ ਕਿ ਕਰਤਾਰ ਸਰ ਕ੍ਰਿਮਨਲ ਦੇ ਆਈਡਲ ਨੇ ਪੰਜਾਬ ਦੇ ਬੰਨੇ ਜਾ ਰਹੇ, ਸਰ ਤੁਸੀਂ ਕਰਤਾਰ ਜੀ ਤੋਂ ਕੋਈ ਹੈਲਪ ਕੀਤੀ ਸੀ ਐਕਸ਼ਨ ਲੈ ਕੇ? ਨੀਰਾ ਆਪ ਹੀ ਬਹੁਤ ਡਰਦਾ ਹੈ ਮੈਨੂੰ, ਮੇਰੀ ਪਲੇਟ ਫੁੱਲ ਨਹੀਂ ਹੁੰਦਾ ਕਈ ਵਾਰੀ ਕਿ ਆਇਆ ਨਹੀਂ ਖਾਣਾ, ਪਰ ਮੈਂ ਅਕਸਰ ਕਹਿੰਦਾ ਹੁੰਦਾ ਕਿ ਇਹ ਵੀ ਇੱਕ ਭਗਤੀ ਹੈ, ਡਿਸਿਪਲਿਨ। ਜੇ ਐਪਸ ਇੰਨੀ ਈਜ਼ੀ ਹੁੰਦੇ ਜਾਂ ਬਾਡੀ ਇੰਨੀ ਸੌਖੀ ਹੁੰਦੀ ਹਰ ਬੰਦਾ ਬਣਾ ਲੈਂਦਾ, ਹੈ ਨਾ। ਇਹ ਬਹੁਤ ਔਖਾ ਕੰਮ ਹੈ ਆਪਣੇ ਆਪ 'ਚ ਇੱਕ ਕਾਮਯਾਬੀ ਆ, ਪਰ ਮੈਂ ਤੁਹਾਨੂੰ ਇੱਕ ਚੀਜ਼ ਦਾ ਵਾਅਦਾ ਕਰਦਾ ਕਿ ਖਿਡਾਰੀ 'ਚ ਤੁਹਾਨੂੰ ਬਾਡੀ ਤੋਂ ਬਿਨਾਂ ਬਾਈ ਦੀ ਐਕਟਿੰਗ ਵੀ ਵੇਖਣ ਨੂੰ ਮਿਲੂਗੀ, ਔਰ ਉਹ ਇਮੋਸ਼ਨ ਉਹ ਸਭ ਕੁਛ। ਅਤੇ ਅਸੀਂ ਬਹੁਤ ਸਾਰੀਆਂ ਟਿਪਸ ਲੈਂਦੇ ਹਾਂ ਜ਼ਿੰਦਗੀ ਦੀਆਂ ਵੀ, ਸਾਡੇ ਤੋਂ ਮੇਰਾ ਕੰਮ 'ਚ ਵੀ ਵੱਡਾ, ਉਮਰ 'ਚ ਵੀ ਵੱਡਾ, ਸੋ ਮੇਰਾ ਬੌਂਡ ਵੀ ਉਹ ਹੀ ਹੈ ਹੁਣ। ਮਤਲਬ ਮੈਂ ਐਜ਼ ਅ ਵੱਡਾ ਬ੍ਰਦਰ ਹੀ ਗੱਲ ਕਰਦਾ, ਮੈਂ ਮਤਲਬ ਮੈਂ ਬਹੁਤ ਘੱਟ ਆਰਟਿਸਟ ਜਿਹਨਾਂ ਨਾਲ ਮੈਂ
ਇਹ ਰਿਸ਼ਤੇ ਸ਼ੇਅਰ ਕਰਦਾ। ਸੋ ਕਰਤਾਰ ਵੀਰਾਂ ਵੱਲੋਂ ਜੋ ਇੱਕ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਖਾਸ ਵੈਲਕਮ ਮੇਰੇ ਸ਼ਹਿਰ ਤੋਂ ਆਏ ਹੋ ਤੁਸੀਂ। ਫਾਜ਼ਿਲਕਾ ਉਹ ਸ਼ਹਿਰ ਹੈ ਜਿੱਥੇ ਬਹੁਤ ਵਾਰ ਸਾਨੂੰ ਚੰਡੀਗੜ੍ਹ ਪਹੁੰਚਣਾ ਹੋਵੇ ਤਾਂ ਅਸੀਂ ਸਵੇਰੇ ਤੁਰਦੇ ਹਾਂ, ਸ਼ਾਮ ਨੂੰ ਪਹੁੰਚਦੇ ਹਾਂ, ਹੈ ਨਾ। ਸਾਨੂੰ 3 ਸਟੋਪੇਜ ਲੱਗਦੇ ਆ, ਲੁਧਿਆਣੇ, ਮੋਗਾ, ਹੈ ਨਾ। ਫਿਰ ਬੱਸਾਂ ਬਦਲ ਬਦਲ ਕੇ ਹੁਣ ਫਿਰ ਵੀ ਬਹੁਤ ਕੁਛ ਬਦਲ ਗਿਆ। ਉੱਥੋਂ ਤੁਸੀਂ ਹੁਣ ਮੀਡੀਆ ਵੀ ਇੱਥੇ ਪਹੁੰਚ ਗਿਆ, ਸੋ ਬੜੀ ਖੁਸ਼ੀ ਹੈ। ਪਹਿਲਾਂ ਤਾਂ ਤੁਹਾਨੂੰ ਆਲ ਦਾ ਬੈਸਟ ਅਤੇ ਸਵਾਲ ਤੋਂ ਲੱਗਿਆ ਮੈਂ ਸਵਾਲ ਹਾਂ ਜੀ। ਮੈਂ ਸਕੂਲ 'ਚ ਕ੍ਰਿਕਟ ਖੇਡਦਾ ਰਿਹਾ, ਬਾਸਕਟਬਾਲ ਖੇਡਦਾ ਰਿਹਾ। ਮੈਂ ਅੱਗੇ ਦੱਸਿਆ ਸਾਰੀਆਂ ਇੰਟਰਵਿਊਜ਼ 'ਚ ਕਿ ਮੇਰੇ ਦਾਦਾ ਜੀ ਭਲਵਾਨ ਨੇ, ਉਹਨਾਂ ਦਾ ਸਰਨਾਵਾਂ ਭਲਵਾਨ ਹੈ। ਉਹਨਾਂ ਨੂੰ ਸਾਡੇ ਪਿੰਡ 'ਚ ਜਾਂ ਸਾਡੀ ਰਿਸ਼ਤੇਦਾਰੀ 'ਚ ਸਰਦਾਰ ਜੋਗਿੰਦਰ ਸਿੰਘ ਭਲਵਾਨ ਕਰਕੇ ਬੋਲਿਆ ਜਾਂਦਾ ਅਤੇ ਭਲਵਾਨੀ ਕਰਾਉਂਦੇ ਰਹੇ ਆ ਸਾਨੂੰ ਛੋਟੇ ਹੁੰਦਿਆਂ। ਪਰ ਕਿਉਂਕਿ ਫੀਲਡ ਨੂੰ ਐਜ਼ ਅ ਪ੍ਰੋਫੈਸ਼ਨਲੀ ਚੂਜ਼ ਨਹੀਂ ਕੀਤਾ, ਅੱਗੇ ਨਹੀਂ ਗਏ। ਮੇਰੇ ਫਾਦਰ ਨੈਸ਼ਨਲ ਖੇਡੇ ਆ ਰੈਸਲਿੰਗ 'ਚ ਅਤੇ ਪਰ ਹੁਕਮ ਹੁਕਮ ਆ ਕੇ ਮੈਂ ਆ ਗਿਆ। Right, so we will conclude media questions itho tak hi sige. So ek baar fir to zordaar taaliyan ho jaye, come on everyone, and congratulations to team, all the best to team karte hain, aapki jitni mehnat hai ye. So mera to fan zarur mile 9 february ko. So request to media, please pass on the message like fire. So aap ki taraf khila do ki 9 february ko cinema ka reservation taari ho gayi hai, aur ina sari cheez bahut bahut mubarak.